ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰੇ ਨਾਲ ਨੇ ਰਾਣੀ ਕਾਲੋਂ ਜੀ ਜੋ ਲੈ ਕੇ ਆਉਂਦੇ ਨੇ ਸੁਰ ਪੰਜਾਬ ਦੀ ਪ੍ਰੋਗਰਾਮ ਤੇ ਅੱਜ ਸਾਡੇ ਨਾਲ ਗੈਸਟ ਨੇ ਬੀਬੀ ਗੁਰਮੀਤ ਕੌਰ ਜੀ ਰਾਣੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਲਵਿੰਦਰ ਜੀ ਸਤਿ ਸ੍ਰੀ ਅਕਾਲ ਗੁਰਮੀਤ ਜੀ ਤੇ ਆਪਣੇ ਪੰਜਾਬੀ ਰੇਡੀਓ ਸੁਣਨ ਵਾਲੇ ਵੀ ਸਾਰੇ ਸਰੋਤਿਆਂ ਨੂੰ ਰਾਣੀ ਕਾਲੋਂ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਸੀਂ ਹਾਜ਼ਰ ਹੋਏ ਹਾਂ ਜੀ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਸੁਰ ਪੰਜਾਬ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕਿਸੇ ਨੂੰ ਵੀ ਭੁੱਲਣ ਵਾਲਾ ਦਿਨ ਨਹੀਂ ਹੈ 6 ਜੂਨ 1984 ਨੂੰ ਕੀ ਕੁਛ ਹੋਇਆ ਸੀ ਤੇ ਆਪਾਂ ਉਸ ਦਿਹਾੜੇ ਨੂੰ ਕਿੱਦਾਂ ਭੁੱਲ ਸਕਦੇ ਹਾਂ ਤੇ ਬਲਵਿੰਦਰ ਜੀ ਆਪਾਂ ਆਪਣੇ ਸਰੋਤਿਆਂ ਨੂੰ ਦੱਸੀਏ ਕਿ ਅੱਜ ਅਸੀਂ ਗੱਲਬਾਤ ਕਰਾਂਗੇ 6 ਜੂਨ 1984 ਦੇ ਲਈ ਜੋ ਕੁਛ ਵੀ ਹੋਇਆ ਸੀਗਾ ਉਹਦੇ ਬਾਰੇ ਚ ਤੇ ਆਪਣੇ ਜੋ ਅੱਜ ਕੱਲ ਬੜਾ ਹੀ ਰੌਲਾ ਪੈ ਰਿਹਾ ਹੈ ਕਿ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਹੋਣਾ ਦੇ ਨਾਂ ਤੇ ਜੋ ਅੱਜ ਕੱਲ ਗੱਲਾਂ ਬਾਤਾਂ ਹੋ ਰਹੀਆਂ ਉਹਨਾਂ ਦੀ ਫਾਂਸੀ ਬਾਰੇ ਚ ਉਹਦੇ ਬਾਰੇ ਚ ਵੀ ਗੱਲ ਕਰਾਂਗੇ ਤਾਂ ਸਾਡੇ ਸਰੋਤਿਆਂ ਨੂੰ ਆਪਾਂ ਆਪਣਾ ਸਟੂਡੀਓ ਦਾ ਨੰਬਰ ਦੱਸ ਦਈਏ 408-272-5200 ਸਾਨੂੰ ਕਾਲ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਜੀ ਹੋਣਾ ਦੇ ਬਾਰੇ ਚ ਵੀ ਤੇ 84 ਦੇ ਦੰਗਿਆਂ ਬਾਰੇ ਵੀ ਜੀ ਬਲਵਿੰਦਰ ਜੀ 6 ਜੂਨ 1984 ਨੂੰ ਅਸੀਂ ਭੁੱਲ ਨਹੀਂ ਸਕਦੇ ਕਿਉਂਕਿ ਅੱਜ ਦੇ ਦਿਨ ਸਿੱਖਾਂ ਦੇ ਉੱਤੇ ਖੁੱਲੇ ਆਮ ਕਤਲੋਗਾਹ ਹੋਇਆ ਸੀਗਾ ਸਮੇਂ ਦੀ ਸਰਕਾਰ ਨੇ ਜੋ ਸਿੱਖਾਂ ਨਾਲ ਕੀਤਾ ਸੀ ਜੋ ਬੇਇਨਸਾਫੀ ਕੀਤੀ ਸੀ ਉਹ ਕਿਸੇ ਨੂੰ ਭੁੱਲ ਨਹੀਂ ਸਕਦੀ ਤੇ ਕਿਉਂਕਿ ਦੁਨੀਆਂ ਦਾ ਬੱਚਾ ਬੱਚਾ ਜਾਣਦਾ ਤੇ ਬਲਵਿੰਦਰ ਜੀ ਮੈਂ ਤਾਂ ਇਹ ਸਾਰਾ ਹਾਲ ਜਿੱਦਾਂ ਉਹਨਾਂ ਦਿਨਾਂ ਦੇ ਵਿੱਚ ਟੀਵੀ ਤੇ ਨਾਲ ਨਾਲ ਦੇਖਿਆ ਸੀਗਾ ਤੇ ਉਦੋਂ ਮੈਨੂੰ ਜਿਆਦਾ ਪਤਾ ਤੇ ਨਹੀਂ ਹੁੰਦਾ ਸੀਗਾ ਤੇ ਪਰ ਬਹੁਤ ਦਿਲ ਨੂੰ ਦੁੱਖ ਹੁੰਦਾ ਸੀ ਦੇਖ ਦੇਖ ਕੇ ਜੋ ਹਰਿਮੰਦਰ ਸਾਹਿਬ ਤੇ ਹੋ ਰਿਹਾ ਸੀਗਾ ਤੇ ਜੋ ਬਾਅਦ ਵਿੱਚ ਦਿੱਲੀ ਦੇ ਵਿੱਚ ਜੋ ਕੁਛ ਵੀ ਹੋਇਆ ਤੇ ਆਪਾਂ ਵੀ ਅੱਜ ਆਪਣੇ ਇਸ ਸਮੇਂ ਦੀ ਸਰਕਾਰ ਕੋਲੋਂ ਪੁੱਛਦੇ ਹਾਂ ਕਿ ਜਦ ਤੁਸੀਂ ਅਜੇ ਤੱਕ 84 ਦੇ ਵਿੱਚ ਜੋ ਕੁਛ ਹੋਇਆ ਤੇ ਜੋ ਦਿੱਲੀ ਦੇ ਵਿੱਚ ਕਤਲੋਗਾਹ ਸਿੱਖਾਂ ਦੇ ਨਾਲ ਹੋਇਆ ਸੀ ਉਦੋਂ ਮੌਤ ਦਾ ਇੰਨਾ ਨੰਗਾ ਨਾਚ ਕੀਤਾ ਗਿਆ ਸੀ ਜਦੋਂ ਤੁਸੀਂ ਉਹਨਾਂ ਨੂੰ ਅਜੇ ਤੱਕ ਫਾਂਸੀ ਨਹੀਂ ਦੇ ਸਕੇ ਤੇ ਫਿਰ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਨੂੰ ਫਾਂਸੀ ਕਿਉਂ ਜੀ ਤੇ ਆਪਾਂ ਆਪਣੇ ਸਰੋਤਿਆਂ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਸਾਡਾ ਸਟੂਡੀਓ ਦਾ ਨੰਬਰ ਹੈ 408-272-5200 ਤੇ ਬਲਵਿੰਦਰ ਜੀ ਮੈਂ ਛੋਟੀਆਂ ਜਿਹੀਆਂ ਦੋ ਕਵਿਤਾਵਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰੂੰਗੀ ਜੀ ਰਾਣੀ ਜੀ ਨਾਲ ਅਸੀਂ ਸਰੋਤਿਆਂ ਨੂੰ ਵੀ ਸੱਦਾ ਦਿੰਦੇ ਹਾਂ ਕਿ ਜੇ ਕਿਸੇ ਨੇ ਕੁਛ ਕਹਿਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਤੇ ਉਹ ਸਾਨੂੰ ਕਾਲ ਕਰ ਲੈਣ ਜਾਂ ਕੋਈ ਕਵਿਤਾ ਸੁਣਾਉਣੀ ਆ ਜਾਂ ਇਸ ਸਬੰਧ ਵਿੱਚ ਤੇ ਅਸੀਂ ਜਿਆਦਾ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਕਿ ਜਿਹੜੇ ਉਸ ਟਾਈਮ ਤੇ ਉੱਥੇ ਇੰਡੀਆ ਦੇ ਵਿੱਚ ਸੀਗੇ ਜਾਂ ਦਿੱਲੀ ਦੇ ਵਿੱਚ ਸੀਗੇ ਜਾਂ ਉਹ ਪੰਜਾਬ ਦੇ ਵਿੱਚ ਸੀ ਜਾਂ ਉਸ ਟਾਈਮ ਤੇ ਹਰਿਮੰਦਰ ਸਾਹਿਬ ਗਏ ਸੀ ਤੇ ਉਥੋਂ ਬਚ ਕੇ ਨਿਕਲ ਗਏ ਉਹ ਤੇ ਜਾਂ ਉਹਨਾਂ ਨੇ ਕੋਈ ਅੱਖੀਂ ਡਿੱਠਾ ਹਾਲ ਲਿਆ ਜਾਂ ਉਹ ਉੱਥੇ ਹੀ ਸੀਗੇ ਤਾਂ ਉਹਨਾਂ ਨੂੰ ਕਿਵੇਂ ਕਿਵੇਂ ਦੀਆਂ ਕਿੱਦਾਂ ਕਿੱਦਾਂ ਖਬਰਾਂ ਮਿਲਦੀਆਂ ਸੀਗੀਆਂ ਤੇ ਉਹ ਸਾਡੇ ਨਾਲ ਜਰੂਰ ਸ਼ੇਅਰ ਕਰਨ ਕਿਉਂਕਿ ਅਸੀਂ ਇੱਥੇ ਸੀਗੇ ਤੇ ਉਦੋਂ ਇੱਥੇ ਰਾਣੀ ਜੀ ਨਾਂ ਤੇ ਕੋਈ ਪੰਜਾਬੀ ਖਾਸ ਮੀਡੀਆ ਹੀ ਸੀਗਾ ਜੀ ਸਿਰਫ ਬੀਬੀਸੀ ਲੰਡਨ ਦੀਆਂ ਖਬਰਾਂ ਤੋਂ ਪਤਾ ਲੱਗਾ ਸੀ ਕਿ ਹਰਿਮੰਦਰ ਸਾਹਿਬ ਤੇ ਅਟੈਕ ਹੋ ਗਿਆ ਤੇ ਜੋ ਹਾਲਤ ਬਾਹਰ ਸਿੱਖਾਂ ਦੀ ਸੀਗੀ ਉਹ ਬਿਆਨ ਤੋਂ ਬਾਹਰ ਹੀ ਆ ਕਿ ਲੋਕੀ ਕਿਵੇਂ ਰੋ ਰਹੇ ਸੀਗੇ ਤਾਂ ਮਾਰ ਮਾਰ ਲੋਕੀ ਰੋ ਰਹੇ ਸੀਗੇ ਗੁਰਦੁਆਰਿਆਂ ਦੇ ਵਿੱਚ ਇਕੱਠੇ ਹੋ ਕੇ ਲੋਕੀ ਰੋ ਰਹੇ ਸੀ ਫਗਵਾੜੇ ਸੀਗੀ ਤਾਂ ਮੈਂ ਉਦੋਂ ਸਾਰਾ ਕੁਛ ਆਪਣੀਆਂ ਅੱਖਾਂ ਦੇ ਨਾਲ ਟੀਵੀ ਤੇ ਦੇਖਿਆ ਜੋ ਬਾਅਦ ਵਿੱਚ ਕਰਫਿਊ ਲੱਗਾ ਸੀ ਜਦੋਂ ਉਹ ਲੋਕਾਂ ਦੀ ਜੋ ਹਾਲਤ ਹੋਈ ਆ ਉਹ ਕਿਸੇ ਨੂੰ ਭੁੱਲਣ ਵਾਲੀ ਨਹੀਂ ਗੀ ਤੇ ਇਸ ਕਰਕੇ ਮੈਂ ਪਹਿਲਾਂ ਇੱਕ ਛੋਟੀ ਜਿਹੀ ਕਵਿਤਾ ਸੁਣਾਉਂਗੀ ਖੂਨ 84 ਦਾ ਜੀ ਇੱਕ ਕੁਲਵੀਰ ਸਿੰਘ ਡਾਂਸੀਵਾਲ ਨੇ ਦੋ ਤਿੰਨ ਕਵਿਤਾਵਾਂ ਲਿਖੀਆਂ ਇਕੱਠੀਆਂ ਤੇ ਉਹ ਬੜੀਆਂ ਮੈਨੂੰ ਪਸੰਦ ਆਈਆਂ ਤੇ ਮੈਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ ਮੰਗਦੀ ਹਾਂ ਹਾਂਜੀ ਯਾਦ ਮਹੀਨਾ ਆਉਂਦਾ ਜਦ ਵੀ ਜੂਨ 84 ਦਾ ਛੇਕ ਕਲੇਜੇ ਪਾਉਂਦਾ ਡੁੱਲਿਆ ਖੂਨ 84 ਦਾ ਜਾਂ ਮੁੜ ਮੁੜ ਚੇਤੇ ਆਉਂਦਾ ਡੁੱਲਿਆ ਖੂਨ 84 ਦਾ ਲਹੂ ਦੇ ਹੰਝੂ ਰੋਈਆਂ ਸੀ ਮਾਵਾਂ ਪੰਜਾਬ ਦੀਆਂ ਰਾਹੀਆਂ ਕੋਲੋਂ ਡਰਦੀਆਂ ਸੀ ਰਾਵਾਂ ਪੰਜਾਬ ਦੀਆਂ ਪੰਜਾਬ ਦੀ ਕੁੱਖ ਵਿੱਚ ਪਲਿਆ ਉਦੋਂ ਭਰੂਣ ਉਦਾਸੀ ਦਾ ਛੇਕ ਕਲੇਜੇ ਪਾਉਂਦਾ ਡੁੱਲਿਆ ਖੂਨ 84 ਦਾ ਗੋਲੇ ਮਾਰ ਕੇ ਤੋਪਾਂ ਦੇ ਹਰਿਮੰਦਰ ਢਾਇਆ ਸੀ ਨੀਲਾ ਤਾਰਾ ਸਾਡੀ ਹਿੱਕ ਤੇ ਆਣ ਚੜਾਇਆ ਸੀ ਬੇਦਰਦ ਜ਼ਾਲਮਾਂ ਹਿੱਕ ਵਿੱਚ ਡੂੰਘਾ ਖੰਜਰ ਲਾਇਆ ਸੀ ਧਰਤੀ ਕੰਬੀ ਰੋਇਆ ਉਦੋਂ ਹਜੂਮ 84 ਦਾ ਛੇਕ ਕਲੇਜੇ ਪਾਉਂਦਾ ਡੁੱਲਿਆ ਖੂਨ 84 ਦਾ ਟਹਿਰਾਂ ਦੇ ਨਾਲ ਜਾਲੇ ਬੜਾ ਹੀ ਚੇਤੇ ਆਉਂਦੇ ਨੇ ਫੜ ਫੜ ਜਿਉਂਦੇ ਸਾੜੇ ਦਿਲ ਵਿੱਚ ਚੀਸਾਂ ਪਾਉਂਦੇ ਨੇ ਜ਼ਖਮਾਂ ਉੱਤੇ ਡੁੱਲਦਾ ਜਦ ਵੀ ਲੂਣ 84 ਦਾ ਮੁੜ ਮੁੜ ਚੇਤੇ ਆਉਂਦਾ ਖੁੱਲਿਆ ਡੁੱਲਿਆ ਖੂਨ 84 ਦਾ ਬਣਾ ਮੁਕਾਬਲੇ ਡਾਂਸੀ ਵਾਲਿਆ ਮਾਰਿਆ ਮੁੰਡਿਆਂ ਨੂੰ ਥਾਣਿਆਂ ਦੇ ਵਿੱਚ ਲੱਤੋਂ ਫੜ ਫੜ ਪਾੜਿਆ ਮੁੰਡਿਆਂ ਨੂੰ ਕਲਵੀਰ ਜਾਣ ਕੇ ਸੁੱਤਾ ਰਿਹਾ ਕਾਨੂੰਨ 84 ਦਾ ਛੇਕ ਕਲੇਜੇ ਪਾਉਂਦਾ ਡੁੱਲਿਆ ਖੂਨ 84 ਦਾ ਮੁੜ ਮੁੜ ਚੇਤੇ ਆਉਂਦਾ ਡੁੱਲਿਆ ਖੂਨ 84 ਦਾ ਜੀ
ਵਾਕਿਆ ਬਲਵਿੰਦਰ ਜੀ ਉਦੋਂ ਕਹਿੰਦੇ ਉਧਰਲੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕੇ ਦੇ ਜਿੰਨੇ ਵੀ ਸਰਦਾਰ ਮੁੰਡੇ ਸੀਗੇ ਜਾਂ ਕਹਿ ਲਓ ਜੰਗ ਮੁੰਡੇ ਸੀਗੇ ਉਹਨਾਂ ਦੇ ਵਿੱਚੋਂ ਕੋਈ ਵੀ ਮੁੰਡਾ ਛੱਡਿਆ ਨਹੀਂ ਸੀਗਾ। ਕੁਛ ਮੁਕਾਬਲੇ ਬਣਾ ਬਣਾ ਕੇ ਮਾਰ ਦਿੱਤੇ ਤਾਂ ਕੁਛ ਉਦਾਂ ਜੇਲਾਂ ਦੇ ਵਿੱਚ ਸਾੜ ਸਾੜ ਕੇ ਸਮਝ ਲਓ ਮਾਰੇ, ਇੰਨੇ ਜ਼ਿਆਦਾ ਤਸ਼ੱਦਦ ਕੀਤੇ ਜਾਂਦੇ ਸੀਗੇ ਕਿ ਕੋਈ ਵੀ ਜੰਗ ਮੁੰਡਾ ਉਧਰ ਦੇਖਣ ਨੂੰ ਲੱਭਦਾ ਨਹੀਂ ਸੀਗਾ। ਜੀ ਜੀ ਰਾਣੀ ਜੀ, ਜਦ ਅਸੀਂ 87 ਦੇ ਵਿੱਚ ਇੰਡੀਆ ਗਏ ਆ ਪੰਜਾਬ ਦੇ ਵਿਚ, ਜਿਹੜੇ ਉਸ ਵੇਲੇ ਜਿਹੜਾ ਜਵਾਨੀ ਦਾ ਘਾਣ ਇਹਨੇ ਕੀਤਾ ਹੈਗਾ 84 ਤੋਂ ਲੈ ਕੇ, ਤੇ ਉਦੋਂ ਬਹੁਤ ਘੱਟ ਜਵਾਨ ਮੁੰਡੇ ਦਿਸਦੇ ਸੀਗੇ, ਤੇ ਸਪੈਸ਼ਲੀ ਇਧਰ ਅੰਮ੍ਰਿਤਸਰ ਦੇ ਏਰੀਏ ਦੇ ਵਿਚ ਤੇ ਕਾਫੀ ਲੋਕਾਂ ਤੇ ਤਸ਼ੱਦਦ ਕੀਤਾ ਤੇ ਆਲ ਓਵਰ ਹੀ ਜਿੱਥੇ ਜਿੱਥੇ ਸਿੱਖ ਸੀਗੇ। ਜੀ ਇਸ ਤਰ੍ਹਾਂ ਕਰਦੇ ਸੀਗੇ ਜਿਵੇਂ ਬਲਵਿੰਦਰ ਜੀ, ਗੁਰਦਾਸਪੁਰ ਵੱਲ ਦੇ ਜਿੰਨੇ ਵੀ ਅੰਮ੍ਰਿਤਸਰ ਗੁਰਦਾਸਪੁਰ ਵੱਲ ਦੇ ਮੁੰਡੇ ਸੀ ਉਹ ਆਪਣੇ ਇਧਰ ਜਲੰਧਰ ਏਰੀਏ ਚ ਲਿਆ ਲਿਆ ਕੇ ਮਾਰਦੇ ਸੀਗੇ, ਕਿਉਂਕਿ ਉਹਨਾਂ ਨੂੰ ਇਹੀ ਹੁੰਦਾ ਸੀਗਾ ਵੀ ਇਹਨਾਂ ਦਾ ਜਿੱਦਾਂ ਮੁਕਾਬਲਾ ਬਣਾ ਦਿੰਦੇ ਸੀਗੇ ਵੀ ਮੁਕਾਬਲਾ ਹੋਇਆ ਮੁਕਾਬਲਾ ਹੋਇਆ। ਜੀ ਜੀ ਰਾਣੀ ਜੀ, ਆਪਾਂ ਪਹਿਲਾਂ ਕਾਲਰ ਲੈ ਲਈਏ, ਇਹਨਾਂ ਨੇ ਕੈਪੀਟਲ ਤੋਂ ਹੋਲਡ ਕੀਤਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਕਿੱਥੋਂ ਕਾਲ ਕਰਦੇ ਜੀ? ਮੈਂ ਜੋ ਫਰੀਜਨਲ ਤੋਂ ਹੀ ਪੁੱਤ ਜੀ। ਹਾਂਜੀ ਕੀ ਸੁਣਾਉਂਗੇ ਮਾਤਾ ਜੀ ਤੁਸੀਂ? ਉਹ 84 ਦੇ ਸਾਕਾ ਹੀ ਸੁਣਾਉਣੇ ਪੁੱਤ, ਮੇਰੇ ਸੱਤ ਜੀ ਮਾਰਤੇ ਸੀ ਜੀ, ਭਰਜਾਈ ਦੋ ਭਤੀਜੇ, ਭਤੀਜੇ ਨੌ, ਭਤੀਜੇ ਦਾ ਮੁੰਡਾ, ਸੱਤ ਜੀ ਮਾਰੇ ਜੋ ਦਿਨ, ਇੱਕ ਬੱਚਾ ਉਹਨਾਂ ਸੱਤ ਜੀ ਮਾਰੇ। ਚਲੋ ਲਿਖਿਆ ਜੋ, ਪਰ ਮੈਂ ਇਹੀ ਕਹਿਣਾ ਚਾਹੂੰਗੀ ਵੀ ਸਭ ਤੋਂ ਬਦਲਾ ਕਿਵੇਂ ਲਿਆ, ਬਦਲਾ ਲਿਆ ਸਤਵੰਤ ਸੁਖ ਉਹ ਮੁੰਡਿਆਂ ਨੇ ਦੋਹਾਂ ਨੇ ਜਿਨ੍ਹਾਂ ਨੇ ਰੱਖਤੀ ਪਰੋਠੇ ਨੂੰ ਸਾਲ ਕੇ ਫੇਰ ਕਾਹਨੂੰ ਦੁੱਖ ਲੱਗਿਆ, ਜਿਨ੍ਹਾਂ ਨੇ ਮਾਰੀਏ ਮੈਂ ਉਹਨਾਂ ਨੇ ਉਹਨਾਂ ਨੇ ਬਦਲਾ ਲਿਆ, ਸਿਰੇਚਰੀ ਉਹਨਾਂ ਨੇ ਬਦਲਾ ਲਿਆ, ਕਿਉਂਕਿ ਮੇਰਾ ਭਤੀਜਾ ਡਾਣੇ ਜਾ ਸੀ ਮਾਰੇ ਤਾਂ ਮੁੰਡਿਆਂ ਨੇ ਸੀ, ਨਾ ਫੌਜ ਨੇ ਮਾਰੇ ਕਿਸੇ ਨੇ ਮਾਰੇ, ਚਲੋ ਜੋ ਉਹਨਾਂ ਨੇ ਲਿਖਿਆ ਸੀ ਉਹ ਹੋਣਾ ਹੀ ਸੀ, ਅੱਜ ਉਹਨਾਂ ਨੇ ਲੋਕਾਂ ਨੇ ਮਾਰੇ ਪਏ ਆ। ਮੈਂ ਅੱਖੀ ਸਾਰਾ ਕੁਛ ਹੰਡਾਇਆ, ਘਰ ਵੀ ਫੂਕ ਗਏ, ਘਰ ਬਾਰ ਸਭ ਫੂਕ ਗਏ, ਇੱਕ ਦਿਨ ਦਾ ਮੁੰਡਾ ਇੱਕੋ ਛੱਡਿਆ, ਇੱਕ ਮੇਰੀ ਭਤੀਜੇ ਨੂੰ ਛੱਡੀ, ਇੱਕ ਭਤੀਜੇ ਜਿਹੜੀ ਸਾਡੇ ਉਹ ਛੱਡੇ, ਅੱਜ ਕੱਲ ਸਾਰਾ 19 ਸਾਲ ਦਾ ਮੁੰਡਾ ਹੋਇਆ ਹੋਇਆ ਹੈ। ਅੱਛਾ ਦੀਵਾ ਜਗਦਾ ਅਨੁਸਾਰ ਚੱਲਣਾ, ਸੁੱਖੇ ਉਹਨਾਂ ਨੇ ਮੈਂ ਤਾਂ ਕਹਿੰਦੀ ਸੁੱਖੇ ਉਹਨਾਂ ਨੇ ਬਦਲ ਲਿਆ ਸੀ, ਉਹਦਾ ਗੰਗੂ ਚੰਦੂ ਦੀ ਭੈਣ ਦਾ ਇਹਨਾਂ ਨੇ ਸਦਾ ਹੀ ਆਪਣੇ ਨਾਲ ਪੱਧਰ ਉਹ ਕੀਤਾ। ਇੱਕ ਦਿਨ ਕਹਿੰਦਾ ਚਾਚਾ, ਇੱਥੇ ਕਿਸੇ ਨੇ ਗਾਇਆ ਚਾਚਾ ਗਾਂਧੀ, ਚਾਚਾ ਕਹਿੰਦਾ ਫੌਜੀ ਤੇ ਉਹਨਾਂ ਦੇ ਨਕਲਾਂ ਲਾਉਂਦੇ, ਫੌਜੀ ਪਤਾ ਕੀ ਕਹਿੰਦੇ, ਖੱਟਣ ਗਿਆ ਕੀ ਕੱਟ ਕੇ ਲਿਆਂਦੇ ਚਾਂਦੀ ਦਾ, ਗਾਂਧੀ ਭੁੱਟੋ ਮਾਂਜ ਗਿਆ ਆਂਦੀ, ਨਹਿਰੂ ਆਜ਼ਾਦ ਦੀ ਕੁੜੀ ਮੁਸਲਮਾਨ ਦੀ ਕਿਹੜੀ ਇਹਨਾਂ ਦੀ ਜਾਤ ਆ, ਮੈਂ ਨੀ ਕਹੀ, ਮੈਂ ਕਹੂੰ ਮੈਂ ਤਾਂ ਮੈਂ ਬੁੱਢੀ, ਪਰ ਮੈਂ ਜੋ ਕੁਛ ਦੇਖਿਆ ਸਾਰਾ, ਮੈਂ 47 ਦਾ ਵੀ ਦੇਖਿਆ, ਮੈਂ 84 ਦਾ ਵੀ ਦੇਖਿਆ, ਮੈਂ 72 ਦਾ ਵੀ ਦੇਖਿਆ, ਪਰ ਮਤਲਬ ਮੈਂ ਸਾਰਾ ਕੁਛ ਦੇਖਿਆ। ਇਹ ਕਰਕੇ ਮੈਂ ਇੱਕ ਗੁਰੂ ਅਰਜਨ ਦੇਵ ਜੀ ਦੇ ਕਾ ਕੀ ਸੁਣਾ ਸਕਦੀ ਆ। ਹਾਂਜੀ ਹਾਂਜੀ, ਓਦਾਂ ਮਾਤਾ ਜੀ ਅੱਜ ਅਸੀਂ 84 ਦੇ ਦੰਗਿਆਂ ਤੇ ਗੱਲਬਾਤ ਕਰਦੇ ਸੀਗੇ ਤੇ ਗੁਰੂ ਅਰਜਨ ਦੇਵ ਜੀ ਉਹਨਾਂ ਬਾਰੇ ਪ੍ਰੋਗਰਾਮ ਅਸੀਂ ਬੁੱਧਵਾਰ ਨੂੰ ਕਰਨਾ ਹੈ। ਹਾਂਜੀ ਰਾਣੀ ਜੀ, ਇਹ ਵੀ ਐਕਸਪਲੇਨ ਕਰ ਦਿਓ ਕਿ ਬੁੱਧਵਾਰ ਨੂੰ ਜਿਹੜਾ ਪ੍ਰੋਗਰਾਮ ਹੋਊਗਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਹੋਊਗਾ ਜੀ, ਤੇ ਉਦਣ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਜ਼ਰੂਰ ਗੱਲਾਂ, ਕੋਈ ਵੀ ਕਰਨਾ ਚਾਹੁੰਦਾ ਆ ਉਹ ਉਹਨਾਂ ਨੂੰ ਯਾਦ ਕਰ ਸਕਦਾ, ਤੇ ਆਪਾਂ ਲੈਣੇ ਜੀ ਕਾਲਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਕਿੱਥੋਂ ਕਾਲ ਕਰਦੇ ਜੀ? ਹਾਂਜੀ ਅਸੀਂ ਫਰੈਜਰੋਂ ਤੋਂ ਕਰਦੇ ਆ। ਹਾਂਜੀ ਸਤਿ ਸ੍ਰੀ ਅਕਾਲ ਬਲਵਿੰਦਰ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਚੰਗਾ ਲੱਗਦਾ। ਹਾਂਜੀ ਤੁਸੀਂ ਸਨ 84 ਦੇ ਦੰਗਿਆਂ ਦੀ ਗੱਲ ਕਰਦੇ ਹੋ, ਅਸੀਂ ਉਸ ਟਾਈਮ ਜੀ ਪਟਨਾ ਸਾਹਿਬ ਸੀਗੇ ਜੀ, ਤੇ ਪਟਨਾ ਸਾਹਿਬ ਟਰੱਕਾਂ ਦਾ ਸਾਡਾ ਬਿਜ਼ਨਸ ਸੀਗਾ ਉੱਥੇ ਜੀ। ਹਾਂਜੀ ਤੇ ਖੜੇ ਟਰੱਕਾਂ ਨੂੰ ਅੱਗ ਲਾਤੀ ਆ ਪਟਨਾ ਸਾਹਿਬ ਦੇ ਵਿੱਚ, ਮੁਟਿਆਰਾਂ ਮਤਲਬ ਆਪਣੇ ਸਿੱਖਾਂ ਦੀਆਂ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਕਾਨਪੁਰ ਆਪਣੇ ਇਲਾਹਾਬਾਦ ਸਾਰੇ ਸੜਕਾਂ ਤੇ ਬੇਪਦਤ ਕਰਕੇ ਭਜਾਈਆਂ ਉਹਨਾਂ ਨੇ, ਸਾਰਾ ਕੁਛ ਅੱਖੀ ਦੇਖਿਆ ਜੀ। ਮਤਲਬ 15 ਦਿਨ ਤਾਂ ਬਿਲਕੁਲੋਂ ਘਰੋਂ ਬਾਹਰ ਨਹੀਂ ਸੀ ਹੋ ਸਕੇ। ਤੁਹਾਡਾ ਕੀ ਕਸੂਰ ਸੀ ਉਹਦੇ ਵਿੱਚ, ਇਹ ਦੱਸੋਗੇ ਤੁਹਾਡਾ ਕੀ ਕਸੂਰ ਸੀ? ਹਾਂਜੀ ਆਪਣਾ ਤਾਂ ਕੋਈ ਕਸੂਰ ਨਹੀਂ ਸੀਗਾ, ਜਦੋਂ ਇੰਦਰਾ ਗਾਂਧੀ ਤੇ ਇਧਰੋਂ ਕੀਤਾ ਤੇ ਉਧਰ ਸਾਰਾ ਹੀ ਮਤਲਬ ਬਿਹਾਰ ਪਟਨਾ ਜਿਹੜਾ ਬੰਗਾਲ ਸੀ ਉੱਥੇ ਖੜਾ ਹੋ ਗਿਆ ਸੀ ਸਿੱਖਾਂ ਦੇ ਖਿਲਾਫ ਜੀ। ਤੁਹਾਡਾ ਇੱਕ ਕਸੂਰ ਸੀ ਕਿ ਤੁਸੀਂ ਸਿੱਖ ਸੀਗੇ? ਹਾਂਜੀ ਸਿੱਖ ਸੀਗੇ ਇਸ ਕਾਰਨ, ਤੇ ਜਿਹੜੇ ਉਸ ਟਾਈਮ ਜਿਹੜੇ ਮੁਸਲਿਮ ਭਾਈ ਸੀਗੇ ਇਹਨਾਂ ਨੇ ਪਟਨਾ ਸਾਹਿਬ ਹਰਿਮੰਦਰ ਸਾਹਿਬ ਲਿਆ ਲਿਆ ਕੇ ਬੀਬੀਆਂ ਆਪਣੇ ਬੁਰਕੇ ਪਾ ਪਾ ਕੇ ਛੱਡੀਆਂ ਸੀਗੀਆਂ, ਤੇ ਉਹਨਾਂ ਜ਼ਾਲਮਾਂ ਤੋਂ ਬਚਾ ਬਚਾ ਕੇ
ਜੀ ਜੀ ਇਸ ਕਰਕੇ ਬਹੁਤ ਹੀ ਮਤਲਬ ਦੁੱਖ ਦਰਦ ਸਾਰਾ ਕੁਛ ਉਜੜ ਗਿਆ ਸੀਗਾ ਜੀ ਉਸ ਟਾਈਮ ਦਾ ਉਧਰ ਸਾਰੀਆਂ ਗੱਡੀਆਂ ਫੁੱਕੀਆਂ ਗਈਆਂ ਖੜੀਆਂ ਗੱਡੀਆਂ ਨੂੰ ਅੱਗ ਲਾ ਪਾ ਪਾ ਕੇ ਤੇਲ ਅੱਗ ਲਾ ਤਾ ਤੇ ਜਾਨੀ ਮਾਰ ਬਹੁਤ ਹੋ ਗਈ ਇਸ ਕਰਕੇ ਅੱਖੀ ਦੇਖਿਆ ਜੀ ਬਾਹਲਾ ਹੀ ਮਤਲਬ ਉਹ ਜਦੋਂ ਸਮਾਂ ਯਾਦ ਆਉਂਦਾ ਤਾਂ ਬਹੁਤ ਜਿਆਦਾ ਮਨ ਨੂੰ ਤਕਲੀਫ ਵੀ ਹੁੰਦੀ ਆ ਔਰ ਪਿੱਛੇ ਜਦ ਦੇਖਦੇ ਆ ਤਾਂ ਫਿਰ ਤਾਂ ਕਹਿੰਦੇ ਵੀ ਉਹ ਉਸ ਟਾਈਮ ਤਾਂ ਉਹੀ ਟਾਈਮ ਸੀਗਾ ਮੁੜ ਕੇ ਵਾਹਿਗੁਰੂ ਕਦੇ ਇਹੋ ਜਿਹਾ ਟਾਈਮ ਲਿਆ ਹੀ ਨਾ ਸਿੱਖਾਂ ਤੇ ਜੀ ਹਾਂਜੀ ਜੀ ਤੇ ਬਹੁਤ ਮਤਲਬ ਕਾਫੀ ਏਦਾਂ ਦੇ ਦੇਖਣ ਨੂੰ ਕਿਉਂਕਿ ਕਸੂਰਬਾਨ ਤਾਂ ਇੱਕ ਜਾਣਾ ਦੋ ਜਾਣੇ ਹੀ ਸੀਗੇ ਇਹਨਾਂ ਦੇ ਵਿੱਚ ਤਾਂ ਤੇ ਜਿਆਦਾ ਫਿਰ ਇਹਨਾਂ ਨੇ ਮੰਡੀਰਾਂ ਜਿਹੜੀਆਂ ਇਕੱਠੀਆਂ ਕੀਤੀਆਂ ਹੋਈਆਂ ਸੀਗੀਆਂ ਉਹ ਜਿਆਦਾ ਹੀ ਫਿਰ ਜੀ ਲੁਟੇਰਿਆਂ ਨੇ ਆਪਦਾ ਆਪ ਆਪਣਾ ਘਰ ਭਰ ਲਏ ਲੁੱਟ ਲੁੱਟ ਕੇ ਗੱਭਰੂ ਜਵਾਨ ਮੁੰਡੇ ਮਾਰਤੇ ਆ ਗੁਰੂ ਮਹਾਰਾਜ ਜੀ ਦੇ ਘਰੇ ਪਾਠ ਰਖਵਾਏ ਹੋਏ ਸੀਗੇ ਭਾਈ ਜੀ ਨੂੰ ਪ੍ਰਸ਼ਾਦਾ ਦੇਣ ਚੱਲਿਆ ਸੀ ਬੇਟਾ ਤੇ ਰਾਹ ਚ ਹੀ ਪੁਲਿਸ ਵਾਲੇ ਨੇ ਘੇਰ ਲਿਆ ਜੀ ਕਹਿੰਦਾ ਵੀ ਤੂੰ ਵੀ ਖੜਕੂ ਆ ਤੂੰ ਇਹ ਆ ਉਹ ਆ ਕਾਫੀ ਮਤਲਬ ਏਦਾਂ ਦੇ ਹੈਨਾ ਬੇਕਸੂਰ ਲੋਕਾਂ ਤੇ ਜੀ ਕਾਫੀ ਤਸ਼ੱਦਦ ਹੋਇਆ ਬਹੁਤ ਜਿਆਦਾ ਜੀ ਜਿਨ੍ਹਾਂ ਦਾ ਮਤਲਬ ਇੱਕ ਬੇਟਾ ਸੀ ਇੱਕੋ ਹੀ ਜੋ ਸੀਗਾ ਉਹ ਵੀ ਉਜੜ ਗਿਆ ਹੈਨਾ ਉਹਨਾਂ ਦੇ ਜਿਨ੍ਹਾਂ ਦੇ ਵਿੱਚੋਂ ਇੱਕ ਇੱਕ ਮਤਲਬ ਘਰ ਦਾ ਜੀ ਬਚਿਆ ਉਹ ਫਿਰ ਕਦੋਂ ਭੁਲਾ ਸਕਦਾ ਇਸ ਟਾਈਮ ਜੀ ਹਾਂਜੀ ਹਾਂਜੀ ਨਹੀਂ ਭੁਲਾ ਸਕਦਾ ਨੀ ਕੋਈ ਵੀ ਨੀ ਭੁਲਾ ਸਕਦਾ ਜੀ ਸੁਣਨ ਵਾਲਾ ਵੀ ਨੀ ਭੁਲਾ ਸਕਦਾ ਸੁਣਨ ਵਾਲੇ ਤਾਂ ਭੁਲਾ ਨੀ ਸਕਦੇ ਜੀ ਜਿਨ੍ਹਾਂ ਤੇ ਆਪੋ ਬੀਤ ਗਈ ਉਹਨਾਂ ਦਾ ਕੀ ਹਾਲ ਜੀ ਤੇ ਉਹਨਾਂ ਦਾ ਤਾਂ ਹਾਲ ਬਹੁਤ ਵਧਾ ਐਵੇਂ ਜਿਵੇਂ ਹਾਪੜ ਸ਼ਹਿਰ ਪੈਂਦਾ ਜੀ ਦਿੱਲੀ ਦੇ ਕੋਲ ਉੱਥੇ ਇੱਕ ਡੇਰਾ ਮਹਾਂਪੁਰਸ਼ਾਂ ਦਾ ਬਾਬਾ ਰਾੜਾ ਸਾਹਿਬ ਵਾਲਿਆਂ ਦਾ ਉੱਥੇ ਮਤਲਬ 15 ਕੁੜੀਆਂ ਸੀਗੀਆਂ ਜੀ ਕੱਲੀਆਂ ਕੁਮਾਰੀਆਂ ਕੁੜੀਆਂ 15 ਜਿਨ੍ਹਾਂ ਦਾ ਕੋਈ ਨੀ ਸੀ ਤੇ ਉਹਨਾਂ ਨੇ ਗੁਰੂ ਦੀ ਸ਼ਰਨ ਲਈ ਜਾ ਕੇ ਹਾਂਜੀ ਹਾਂਜੀ ਤੇ ਇਸ ਕਰਕੇ ਵੀ ਬਹੁਤ ਜਿਆਦਾ ਹੀ ਮਤਲਬ ਉਸ ਟਾਈਮ ਨੂੰ ਤਾਂ ਦੇਖਿਆ ਜਾਵੇ ਜੀ ਫਿਰ ਸਿੱਖਾਂ ਦਾ ਵੈਰੀ ਤਾਂ ਫਿਰ ਜਦੋਂ ਗਾਣਾ ਗਾਉਂਦੇ ਆ ਵੀ ਸਿੰਘ ਸਾਹਿਬ ਬੋਲਦੇ ਨੇ ਪੱਤਾ ਪੱਤਾ ਵੈਰੀ ਹੋ ਗਿਆ ਸੀ ਉਹ ਸੰਨ 84 ਦੇ ਦੰਗਿਆਂ ਦੇ ਟਾਈਮ ਵੀ ਇਕਣੀ ਹੋ ਗਿਆ ਸੀ ਹਾਂਜੀ ਸਹੀ ਗੱਲ ਹੈ ਹਾਂਜੀ ਸ਼ੇਅਰ ਕਰਨ ਕਿਉਂਕਿ ਇਹ ਬਹੁਤ ਦਰਦਨਾਕ ਸਕਾ ਸੀ ਤੇ ਜਿਹਨੂੰ ਇਹਦੇ ਵਿਚ ਕੋਈ ਅਤਕਥਨੀ ਨਹੀਂ ਕਿ ਕਈ ਸਿੰਘ ਇਹਨੂੰ ਭੁੱਲਦੇ ਵੀ ਜਾਂਦੇ ਆ ਤੇ ਰਾਣੀ ਜੱਪ ਲੈਣੇ ਜੀ ਅਗਲੇ ਕਾਲਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਬਲਵਿੰਦਰ ਨੂੰ ਰਾਣੀ ਸਤਿ ਸ੍ਰੀ ਅਕਾਲ ਹਾਂਜੀ ਮੈਂ ਸਰਿੰਦਰ ਚਰਨਜੀਤ ਕੌਰ ਬੋਲਦੀ ਹਾਂਜੀ ਚਰਨਜੀਤ ਜੀ ਤੁਸੀਂ ਕੀ ਸਾਂਝਾ ਕਰੋਗੇ ਸਾਡੇ ਨਾਲ ਮੈਂ ਭੈਣ ਜੀ ਮੇਰਾ ਭਣੇਵਾ ਸੀ ਪੁਲਿਸ ਚ ਨੌਕਰ ਹੋਇਆ ਸੀ ਜੀ ਤੇ ਇੱਕੋ ਇੱਕ ਸੀ ਇੱਕ ਤਾਂ ਪਹਿਲਾਂ ਮਰ ਗਿਆ ਮੇਰਾ ਭਣੇਵਾ ਛੋਟਾ ਤੇ ਇਹ ਨੌਕਰੀ ਕਰਦਾ ਸੀ ਤੇ ਇਹ ਅੱਤਵਾਦੀਆਂ ਨੇ ਮਾਰਤਾ ਉਦੋਂ ਅੱਤਵਾਦੀਆਂ ਦਾ ਨਾਂ ਲੱਗਦਾ ਨਾਕੇ ਤੇ ਮਾਰਤਾ ਸੀ ਤੇ ਅਜੇ ਤਾਕ ਉਹ ਵਿਚਾਰੀ ਰੋਂਦੀ ਤੁਰੀ ਫਿਰਦੀ ਜਿਹਦਾ ਕੁਛ ਬਣਾ ਰਹਿ ਜੇ ਢਈਆਂ ਢਈਆਂ ਹਨ ਤੇ ਮੇਰਾ ਭਰਾ ਕੰਮ ਤੇ ਨੌਕਰ ਗਿਆ ਸੀ ਆਪਣਾ ਨਵੀਂ ਵਰਦੀ ਕੰਮ ਕਰਦੇ ਹੁੰਦੇ ਸੀ ਸਵੇਰੇ ਕੰਮ ਤੇ ਗਿਆ ਤੇ ਮੁੜ ਕੇ ਉਹਨਾਂ ਚ ਕੀਤਾ ਉੱਥੋਂ ਚਾਹ ਪੀਣ 12 ਵਜੇ ਨਿਕਲਦੇ ਦੁਕਾਨ ਤੇ ਨਵੀਂ ਵਰਦੀ ਜੀ ਤੇ ਉੱਥੋਂ ਉਹਨਾਂ ਨੂੰ ਫੜ ਲਿਆ ਉਹਨੇ ਕੀ ਖੱਟੀ ਪੱਗ ਬੱਧੀ ਸੀ ਖੱਟੀ ਪੱਗ ਤੋਂ ਫੜ ਕੇ ਤੇ ਲੈ ਗਏ ਤੇ ਮੁੜ ਕੇ ਉੱਥੇ ਸਾਨੂੰ ਪਤਾ ਲੱਗਾ ਤੇ ਸਾਰੇ ਅਸੀਂ ਆਂਦੀਆਂ ਭਰ ਭਰ ਗਏ ਉੱਥੇ ਆਪਣੀ ਅੰਮ੍ਰਿਤਸਰ ਲਾਂਸ ਰੋਡ ਤੇ ਲੈ ਗਏ ਕਿਲੇ ਦੇ ਵਿੱਚ ਜੇ ਉੱਥੇ ਕੋਈ ਕੋਈ ਹੋਣਾ ਅੱਛਾ ਜੀ ਤੇ ਉੱਥੇ ਲੈ ਗਏ ਤੇ ਫੇਰ ਉੱਥੋਂ ਜਿੱਥੋਂ ਦਫ਼ਤਰ ਚ ਕੰਮ ਕਰਦਾ ਸੀ ਉਹਨਾਂ ਨੇ ਰਜਿਸਟਰੀਆਂ ਖੜੀਆਂ ਵੀ ਸਾਡੇ ਕੋਲ ਤੇ ਰੋਜ਼ ਕੰਮ ਤੇ ਆਉਂਦਾ ਜੀ ਤੇ ਫੇਰ ਕਰਕੇ ਭੈਣ ਜੀ ਉਹਦੀ ਹਾਜ਼ਰੀ ਲੱਗੀ ਵੀ 8 ਵਜੇ ਚਾਹ ਲਪੀਣ ਗਿਆ ਦੁਕਾਨ ਤੇ 8 ਵਜੇ ਕੰਮ ਤੋਂ ਹਟਿਆ ਤੇ 8 ਵਜੇ ਫਿਰ ਪਿੰਡ ਦੇ ਵੀ ਸਾਰੇ ਗਏ ਵੀ ਇਹ ਤੇ ਮੁੰਡਾ ਉੱਦਾਂ ਹੀ ਵੀ ਗਰੀਬ ਜੇ ਮੈਂ ਹੈਗੇ ਬਈ ਇਹਨਾਂ ਨੇ ਕਿੱਥੋਂ ਅੱਤਵਾਦੀਆਂ ਦਾ ਕੰਮ ਕਰਨਾ ਜੀ ਜੀ ਤੇ ਫੇਰ ਭੈਣ ਜੀ ਛੱਡਿਆ ਨੀ ਤੇ ਮੁਸ਼ਕਲ ਬਹੁਤ ਸੀ ਉਸ ਟਾਈਮ ਤੇ ਸਾਨੂੰ ਦੱਸੋ ਹਾਂਜੀ ਏਦਾਂ ਦੇ ਕੰਮ ਹੋਏ ਆ ਸਾਡੇ ਨਾਲ ਭੈਣ ਦਾ ਮੁੰਡਾ ਸੀ ਉਹ ਵੀ ਮਾਰਤਾ ਤੇ ਉਹ ਏਦਾਂ ਕੁ ਹੁਣ ਖੰਡ ਪਾਠ ਕਰਾਉਂਦੀ ਆਏ ਸਾਲ 20-25 ਸਾਲ ਹੋ ਗਏ ਵੇਖ ਲੋ ਹਾਂਜੀ ਹਾਂਜੀ ਯਾਦ ਜਾਂਦੀ ਨੀ ਹੁਣ ਵੀ ਉਹਨੇ ਬਸ ਆਇਆ ਮਹੀਨੇ ਚ ਕਰਾਉਣਾ ਖੰਡ ਪਾਠ ਜੀ ਥੈਂਕ ਯੂ ਚਰਨਜੀਤ ਜੀ ਥੈਂਕ ਯੂ ਤੁਸੀਂ ਸਾਡੇ ਨਾਲ ਸ਼ੇਅਰ ਕੀਤਾ
हां जी राणी जी, जिवें इन्हां ने हुण दस्या ही आ, उदों की सी जिहड़े पुलिस दे वड्डे ऑफिसर सी ना, उन्हां नूं तरक्कियां बहुत मिलदियां सीगियां जी, बहुत मिलदियां सीगियां साडे एरिया दे विच वी। इक सी जिद्दां अपना ते उहने तां कहिंदे वी इन्नी ज्यादा तशद्दद कीते सीगे मुंडियां ते, ते ਉਹਨਾਂ ਦੇ ਆਪਣੇ ਰਾਣੀ ਜੀ ਉਹਨਾਂ ਦਿਨਾਂ ਚ ਬਲਵਿੰਦਰ ਜੀ ਪੁਲਿਸ ਆਈ ਤਾਂ ਸੀਗੀ ਜਿਹੜੀ ਬਣ ਬਣ ਕੇ ਤਾਂ ਲੋਕਾਂ ਦੇ ਘਰਾਂ ਤੇ ਰਾਤਾਂ ਨੂੰ ਲੁੱਟਣ ਜਾਂਦੇ ਹੁੰਦੇ ਸੀਗੇ। ਹਾਂਜੀ ਰਾਣੀ ਜੀ ਪਹਿਲਾਂ ਆਪਾਂ ਕਾਲਰ ਲੈ ਲਈਏ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਕਿੱਥੋਂ ਕਾਲ ਕਰਦੇ ਜੀ? ਮੈਂ ਵਿਕਲ ਸਿੰਘ ਤੋਂ ਜਦਵਿੰਦਰ ਬੋਲਦਾ ਜੀ। ਹਾਂਜੀ ਜਦਵਿੰਦਰ ਜੀ ਕੀ ਸਾਂਝਾ ਕਰੋਗੇ ਸਾਡੇ ਨਾਲ? ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਦੇਖੋ ਅੱਜ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੂੰ ਜੀ ਇੱਕ ਭਾਗਵੇ ਕੱਪੜਿਆਂ ਵਾਲਿਆਂ ਦੀ ਕੱਪੜਿਆਂ ਤੋਂ ਮਿੱਟੀ ਚਾ ਰਹੀ ਜੀ ਦਿੱਲੀ ਪੁਲਿਸ ਨੇ, ਉਹ ਅੱਜ ਹਿੰਦੁਸਤਾਨ ਸਾਰਾ ਪਿੱਟਦਾ ਵਾ। ਹਾਂਜੀ ਜਿੱਦਣ ਇਸ ਦਿੱਲੀ ਦੇ ਵਿਚ ਹਾਂਜੀ ਸਾਰਾ ਨਿਰਦੋਸ਼ੇ ਜੀ ਮਿੱਟੀ ਦਾ ਤੇਲ ਪਾ ਕੇ ਗਲਾਂ ਚ ਟਾਇਰ ਪਾ ਕੇ ਜਾਲੇ ਗਏ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਦਿੱਲੀ ਦੀ ਸੁਪਰੀਮ ਕੋਰਟ ਨੂੰ ਜਾਂ ਕਿਸੇ ਹੋਰ ਅਦਾਰੇ ਨੂੰ ਉਹ ਚੀਜ਼ ਨੀ ਦਿਖੀ ਜੀ। ਉਹੀ ਤਾਂ ਮੈਂ ਗੱਲ ਕੀਤੀ ਸੀਗੀ ਵੀ ਉਹਨਾਂ ਨੂੰ ਫਾਂਸੀਆਂ ਕਿਉਂ ਨੀ ਦਿੱਤੀਆਂ? ਨਹੀਂ ਉਥੋਂ ਸਾਨੂੰ ਜਿਹੜੀ ਮਤਲਬ ਅਸੀਂ ਆਮ ਤੌਰ ਤੇ ਗੱਲਾਂ ਕਰਕੇ ਇਹ ਗੱਲ ਕਹਿ ਦਿੰਦੇ ਆ ਕਿ ਦੂਜੇ ਦਰਜੇ ਦੇ ਸਹਿਰੀ ਆ, ਸਾਨੂੰ ਹਿੰਦੁਸਤਾਨ ਦੇ ਵਿਚ ਦੂਜੇ ਨੀ ਤੀਜੇ ਦਰਜੇ ਦੇ ਵੀ ਨੀ ਮੰਨਿਆ ਗਿਆ, ਪਰ ਕੁਛ ਝੋਲੀ ਚੱਕ ਨੇ ਜਿਹੜੇ ਉਹ ਸਾਨੂੰ ਫੇਰ ਹਿੰਦੁਸਤਾਨ ਦੇ ਸੰਵਿਧਾਨ ਦੀ ਗੱਲ ਕਹਿੰਦੇ ਨੇ। ਅੱਜ ਉਹਨਾਂ ਨੂੰ ਦੇਖ ਲੈਣਾ ਚਾਹੀਦਾ, ਉਸੇ ਜੂਨ ਦੇ ਪਹਿਲੇ ਹਫ਼ਤੇ ਹਿੰਦੁਸਤਾਨ ਦੀ ਗੌਰਮੈਂਟ ਨੇ ਅੰਮ੍ਰਿਤਸਰ ਸਾਹਿਬ ਕੀ ਕੁਛ ਕੀਤਾ, ਕੱਲੇ ਅੰਮ੍ਰਿਤਸਰ ਸਾਹਿਬ ਹੀ ਨੀ ਤਕਰੀਬਨ ਹੋਰ ਵੀ ਪੰਜਾਬ ਦੇ ਹਿੱਸਿਆਂ ਦੇ ਵਿਚ ਕਿੰਨਾ ਕੁਛ ਕੀਤਾ ਜੀ ਜੀ, ਅਜੇ ਤੱਕ ਉਹਦੇ ਤੇ ਕੋਈ ਐਕਸ਼ਨ ਕੋਈ ਕਿਸੇ ਨੇ ਇੱਕ ਵੀ ਸ਼ਬਦ ਨਹੀਂ ਗਾ। ਹਾਂਜੀ ਹਾਂਜੀ, ਇਹ ਇਸੇ ਜੂਨ ਦੇ ਪਹਿਲੇ ਹਫ਼ਤੇ ਦਿੱਲੀ ਦੇ ਵਿਚ ਇੱਕ ਭਾਗਵੇਂ ਕੱਪੜਿਆਂ ਵਾਲੇ ਦੇ, ਮੇਰਾ ਖਿਆਲ ਹੈ ਉਹਦੇ ਤੇ ਕੱਪੜਿਆਂ ਤੇ ਮਿੱਟੀ ਪਈ ਸੀ ਕੁਛ ਡੰਡਿਆਂ ਦੇ ਨਾਲ, ਉਹ ਮਿੱਟੀ ਝਾੜੀ ਗਈ, ਉਹ ਮਿੱਟੀ ਦੀ ਗਰਦ ਇੰਨੀ ਦੂਰ ਤੱਕ ਗਈ ਆ ਕਿ ਸਾਰਾ ਹਿੰਦੁਸਤਾਨ ਦਾ ਬਾਹਮਣ ਤਬਕਾ ਤੱਕ ਪਿਆ ਪਿਆ ਵਾ। ਮਾਫ ਕਰਨਾ ਮੈਂ ਮਤਲਬ ਬਾਹਮਣ ਸ਼ਬਦ ਵਰਤਿਆ ਵਾ, ਪਰ ਇਹ ਤੋਂ ਬਗੈਰ ਕੋਈ ਸ਼ਬਦ ਹੈ ਵੀ ਹੈ ਨੀ ਗਾ ਜੀ। ਇਸ ਕਰਕੇ ਸਾਡੀ ਕੌਮ ਨੂੰ ਮਤਲਬ ਇਸ ਚੀਜ਼ ਤੋਂ ਸਿੱਖ ਲੈਣਾ ਚਾਹੀਦਾ ਵੀ ਜਿੰਨਾ ਚਿਰ ਅਸੀਂ ਮਤਲਬ ਆਪਦੇ ਹੱਕਾਂ ਦੀ ਖਾਤਰ ਇਕੱਠੇ ਨੀ ਹੁੰਦੇ, ਥਾਂ ਥਾਂ ਦੇ ਉੱਤੇ ਆਪੋ ਆਪਣੀਆਂ ਮਤਲਬ ਦੁਕਾਨਾਂ ਚਲਾਈ ਤੁਰੇ ਜਾਂਦੇ ਆ, ਹੱਲ ਪੂਰੀ ਨੀ ਗਾ, ਸਾਨੂੰ ਇਕੱਠੇ ਹੋ ਕੇ ਆਪਦੇ ਹੱਕ ਲੈਣੇ ਪੈਣੇ ਨੇ, ਨਹੀਂ ਇਹ ਬਾਹਮਣ ਸਾਨੂੰ ਇਸੇ ਤਰੀਕੇ ਨਾਲ ਜਲੀਲ ਕਰਦਾ ਰਹੂਗਾ ਜੀ। ਓਕੇ ਥੈਂਕ ਯੂ ਜਦਵਿੰਦਰ ਜੀ ਕਾਲ ਕਰਨ ਲਈ, ਥੈਂਕ ਯੂ ਜੀ। ਹਾਂਜੀ ਹਾਂਜੀ ਰਾਣੀ ਜੀ, ਆਪਾਂ ਲੈਣੇ ਜੀ ਹੁਣ ਅਗਲੇ ਕਾਲਰ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਕਿੱਥੋਂ ਕਾਲ ਕਰਦੇ ਜੀ? ਅਸੀਂ ਫਰੀਦਕੋਟ ਤੋਂ ਕਰਦੇ ਹਾਂ ਜੀ। ਹਾਂਜੀ ਕੀ ਸਾਂਝਾ ਕਰੋਗੇ ਜੀ ਸਾਡੇ ਨਾਲ? ਹਾਂਜੀ ਭੈਣ ਜੀ, ਜੋ ਤੁਸੀਂ ਆਹ ਕਹਿ ਰਹੇ ਹੋ ਹਨਾ ਵੀ ਰਸਤੇ ਦੰਗਿਆਂ ਵਿਚ ਜੀ ਜੀ, ਇਹ ਸਾਡੇ ਮੇਰੇ ਨਣਦੋਈਏ ਦੇ ਚਾਚੇ ਦਾ ਪੁੱਤ ਕੱਲਾ ਕੱਲਾ ਸੂਬੇਦਾਰ ਸੀ। ਅੱਛਾ ਜੀ। ਸਵਾ ਮਹੀਨਾ ਉਹਦਾ ਵਿਆਹ ਹੋਏ ਨੂੰ ਹੋਇਆ ਸੀ ਤੇ ਛੁੱਟੀ ਕੱਟ ਕੇ ਉਸ ਦਿਨ ਉਹ ਚੱਲਿਆ ਸੀ। ਅੱਛਾ ਜੀ। ਉਹ ਰੇਲ ਗੱਡੀ ਦੇ ਵਿਚ ਹੀ ਮਾਰਤਾ, ਉਹਨੇ ਕਿਹਾ ਸੀ ਵੀ ਦੇਖ ਲੋ ਮੈਂ ਤਾਂ ਆਪ ਕਿਤੇ ਚੱਲਿਆ ਵਾ, ਬਾਸ ਤੇ ਪਾਏ ਸਭ ਕੁਛ ਕਿਹਾ, ਨਹੀਂ ਪਰ ਉਹਨੇ ਉਹਨਾਂ ਨੂੰ ਉੱਥੇ ਦੇਖ ਲੋ ਸਿੱਖ ਕਰਕੇ ਪਗੜੀ ਬੰਨੀ ਸੀ ਉੱਥੇ ਮਾਰਤਾ। ਹਾਂਜੀ ਹਾਂਜੀ। ਤੇ ਜਿਹੜੇ ਹੁਣ ਕੱਲੇ ਮਾਵਾਂ ਦੇ ਪੁੱਤ, ਜਿਸ ਤਰ੍ਹਾਂ ਪਹਿਲਾਂ ਵੀ ਇੱਕ ਮਾਤਾ ਨੇ ਦੱਸਿਆ ਵਾ ਵੀ ਉਹਨਾਂ ਦੇ ਵੀ ਝੱਡੀ ਪਿੱਛੇ ਜਾਣੀ ਦੇ ਨਾ ਜੀ ਜੀ, ਤੇ ਉਹਨਾਂ ਨੂੰ ਬਜ਼ੁਰਗਾਂ ਨੂੰ ਕੋਈ ਸਾਂਭਣ ਵਾਲਾ ਵੀ ਹੈ ਨੀਗਾ ਹਨਾ। ਹਾਂਜੀ ਇਹ ਤਾਂ ਉਹੀ ਜਾਣਦਾ ਜਿਹਦੇ ਨਾਲ ਬੀਤੀ ਆ ਜੀ। ਹਾਂਜੀ ਉਸ ਦਿਨ ਨਾ ਫਿਰ ਉਹ ਲੁਧਿਆਣੇ ਚ ਕਰਫਿਊ ਲੱਗਿਆ ਉਸ ਦਿਨ ਚ ਜੀ ਜੀ। ਹਾਂਜੀ ਸਾਰੇ ਕਰਫਿਊ ਲੱਗੇ ਉਸਗੇ ਸਾਰੇ ਸ਼ਹਿਰਾਂ ਚ। ਹਾਂਜੀ ਮੈਂ ਲੁਧਿਆਣੇ ਸੀਗੀ ਤੇ ਮੈਨੂੰ ਫਿਰ ਕਲਕੱਤੇ ਨੂੰ ਜਾਣਾ ਸੀ, ਮੇਰਾ ਭਰਾ ਵਾਪਸ ਮੋੜ ਕੇ ਲੈ ਕੇ ਗਿਆ ਤੇ ਪਿੰਡਾਂ ਵਿਚ ਵੀ ਡਰਦਾ ਡਰਦਾ ਲੈ ਕੇ ਗਿਆ ਵਿਚਾਰਾ ਸਕੂਟਰ ਤੇ ਜੀ, ਤੇ ਨਾਲੇ ਮੈਂ ਡਰਾ, ਮੈਂ ਕਿਹਾ ਵੀ ਆਪਦੇ ਪਿੱਛੇ ਮੈਂ ਆਪਦੇ ਭਰਾ ਦੀ ਵੀ ਨਾ ਕਿਤੇ ਮੌਤ ਕਰਾ ਦਵਾਂ। ਹਾਂਜੀ ਹਾਂਜੀ ਹਾਂਜੀ, ਇਹ ਟਾਈਮ ਤਾਂ ਭੁੱਲਣਾ ਨੀ ਭੈਣ ਜੀ, ਜਿਹਨੇ ਜਿਹਨੇ ਹਾਂਜੀ ਨਹੀਂ ਜੀ ਇਹ ਨੀ ਟਾਈਮ ਭੁੱਲਣਾ ਇਹ ਤਾਂ ਇੱਦਾਂ ਹੀ। ਹਾਂਜੀ ਜਿੱਦਾਂ ਜਿੱਦਾਂ ਸਗੋਂ ਦਿਨ ਬੀਤਦੇ ਜਾਂਦੇ ਓਦਾਂ ਓਦਾਂ ਸਗੋਂ ਜ਼ਿਆਦਾ ਚੇਤੇ ਆਉਂਦੇ ਆ, ਭੁੱਲਣੇ ਕਿੱਥੇ ਆ। ਹਾਂਜੀ ਓਕੇ ਜੀ, ਥੈਂਕ ਯੂ ਜੀ ਕਾਲ ਕਰਨ ਲਈ। ਓਕੇ ਜੀ ਸਤਿ ਸ੍ਰੀ ਅਕਾਲ। ਹਾਂ ਜੀ ਰਾਣੀ ਜੀ, ਰਾਣੀ ਜੀ ਬਹੁਤਿਆਂ ਨੇ ਵਾਕਿਆ ਦੇਖਿਆ, ਕਈਆਂ ਨੇ ਆਪਣੇ ਹੰਡਾਇਆ, ਕਈਆਂ ਨੇ ਆਪਣੇ ਪਿੰਡੇ ਤੇ ਵੀ ਹੰਡਾਇਆ, ਕਈਆਂ ਨੇ ਆਪਣੇ ਮਾਨਸਿਕ ਤੌਰ ਤੇ ਬਹੁਤ ਤੰਗ ਕੀਤਾ ਗਿਆ ਲੋਕਾਂ ਨੂੰ।
ਸ਼ਹਿਰਾਂ ਦੇ ਵਿੱਚ ਤਾਂ ਇੰਨਾ ਲੋਕਾਂ ਦਾ ਬੁਰਾ ਹਾਲ ਸੀ ਕਿਉਂਕਿ ਮੈਂ ਸ਼ਹਿਰ ਦੇ ਵਿੱਚ ਰਹਿ ਕੇ ਦੇਖਿਆ ਸੀ ਉਹਨਾਂ ਦਿਨਾਂ 'ਚ 14-15 ਦਿਨ ਮੈਂ ਰਹੀ ਸੀ ਕਿਉਂਕਿ ਪਿੰਡਾਂ ਵਾਲੇ ਲੋਕਾਂ ਦਾ ਓਨਾ ਨਹੀਂ ਸੀ ਕਿਉਂਕਿ ਉਹਨਾਂ ਦੇ ਕਿਉਂਕਿ ਸਾਰਾ ਕੁਛ ਘਰ ਦਾ ਸੀਗਾ, ਦੁੱਧ ਆਟਾ ਸਾਰਾ ਕੁਛ ਘਰ ਦਾ ਸੀਗਾ ਤੇ ਉਹ ਅਚਾਰ ਨਾਲ ਰੋਟੀ ਵੀ ਖਾ ਸਕਦੇ ਸੀ, ਪਰ ਸ਼ਹਿਰਾਂ 'ਚ ਤਾਂ ਇਹਨਾਂ ਦਾ ਲੋਕਾਂ ਦਾ ਇੰਨਾ ਬੁਰਾ ਹਾਲ ਸੀ ਕਿ ਨਾ ਕੋਈ ਦਾਲ ਸਬਜ਼ੀ ਮਿਲਦੀ ਸੀ, ਨਾ ਦੁੱਧ ਮਿਲਦਾ ਸੀ ਤੇ ਨਾ ਉਹ ਕਿਤੇ ਆਟਾ ਹੀ ਖਰੀਦ ਕੇ ਲਿਆ ਸਕਦੇ ਸੀ। ਜੀ ਰਾਣੀ ਜੀ, ਆਪਾਂ ਇਸ ਗੱਲ ਵੱਲ ਨੂੰ ਅੱਗੇ ਵਧਾਉਂਦੇ ਹਾਂ, ਪਹਿਲਾਂ ਲੈਂਦੇ ਹਾਂ ਜੀ ਕਾਲਰ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਹਾਲ ਚਾਲ ਜੀ? ਚੰਗਾ ਬਲਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੇ ਰਹੇ ਤੁਸੀਂ ਇੰਨੇ ਦਿਨ? ਬਸ ਤੁਹਾਨੂੰ ਦੱਸ ਕੇ ਗਏ ਸੀ ਮੈਂ। ਅੱਛਾ ਅੱਛਾ ਠੀਕ ਆ ਗਏ ਤੁਸੀਂ ਵਾਪਸ। ਰਾਣੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਬਸ ਠੀਕ ਆ ਬੇਟਾ, ਠੀਕ ਆ। ਹਾਂਜੀ ਕੀ ਸਾਂਝਾ ਕਰੂੰਗੇ ਸਾਡੇ ਨਾਲ? ਬਸ ਆਹੀ ਸਾਂਝਾ ਕਰ ਰਹੀ ਆ ਵੀ ਉਦੋਂ ਜਦੋਂ ਇਹ ਦੰਗੇ ਹੋਏ 84 ਦੇ, ਜੀ ਕੋਈ ਵੀ ਸੌਖਾ ਨਹੀਂ ਸੀ, ਜਿਹੜੇ ਮੁਸਾਫਰ ਵੀ ਆਉਂਦੇ ਸੀ ਨਾ ਟ੍ਰੇਨ ਦੇ ਵਿੱਚ, ਹਾਂਜੀ ਹਾਂਜੀ, ਉਹਨਾਂ ਦੇ ਗਲਾਂ ਵਿੱਚ ਵੀ ਇਹ ਤਾਰਾਂ ਨੂੰ ਅੱਗ ਲਾ ਕੇ ਗਲਾਂ 'ਚ ਪਾ ਪਾ ਕੇ ਏਦਾਂ ਸਾੜੀ ਜਾਂਦੇ ਸੀ ਕਿਤੇ ਇੱਕ ਨੀ ਇਹਨਾਂ ਨੇ ਉਦੋਂ ਘੱਲੂਘਾਰਾ ਕੀਤਾ, ਬਹੁਤ ਜ਼ਿਆਦਾ ਹੀ ਕੀਤਾ ਇਹ। ਜੀ ਹਾਂਜੀ, ਉਦੋਂ ਮੇਰੀ ਮਾਸੀ ਦਾ ਮੁੰਡਾ ਸੀ ਫੌਜੀ ਸੀ, ਉਹ ਵੀ ਘਰ ਨੂੰ ਆ ਰਿਹਾ ਸੀਗਾ ਤੇ ਉਹ ਵੀ ਉੱਥੇ ਦਿੱਲੀ ਇਸੇ ਤਰ੍ਹਾਂ ਮਾਰਿਆ ਸੀਗਾ। ਜੀ ਫਿਰ ਨਾ ਹੋਰ ਇੱਥੋਂ ਜਿਹੜੇ ਬਾਹਰੋਂ ਲੋਕ ਜਾਂਦੇ ਸੀ ਕੈਨੇਡਾ ਤੋਂ, ਅਮਰੀਕਾ ਤੋਂ ਜਾਂ ਹੋਰ ਵੀ ਕਿਤੇ ਇੱਧਰੋਂ ਬਿਹਾਰ ਲਾਉਂਦੇ ਸੀ, ਉਹ ਵੀ ਇਸੇ ਤਰ੍ਹਾਂ ਜਿਹੜੇ ਜਿਹਦੇ ਪੱਗ ਦੇਖਦੇ ਸੀ ਉਹਨੂੰ ਇਸੇ ਤਰ੍ਹਾਂ ਹੀ ਕਰਦੇ ਸੀਗੇ। ਹਾਂਜੀ ਹਾਂਜੀ, ਬੁਰੀ ਹਾਲਤ ਕੀਤੀ ਆ ਇਹ ਲੋਕਾਂ ਨੇ, ਸੋਚਿਆ ਨੀ ਸੱਚਾਈ, ਫਿਰ ਵੀ ਮੈਂ ਅੱਜ ਦੱਸ ਰਹੀ ਹਾਂ ਕਿ ਨਹੀਂ ਹੈਗੀ ਇਹ, ਸਿੱਖਾਂ ਦਾ ਕੋਈ ਕੰਮ ਨੀ। ਉਹ ਜਿਹੜੇ ਮੁੰਡੇ ਸੀਗੇ ਇਹਨਾਂ ਦੇ ਬਾਡੀਗਾਰਡ, ਉਹਨਾਂ ਨੇ ਵੀ ਨਹੀਂ ਮਾਰਿਆ ਉਹਨੂੰ। ਜੀ ਜੀ, ਇਹ ਵੀ ਮੈਂ ਨਾਲ ਕਹਿੰਦੀ ਹਾਂ, ਬੇਸ਼ੱਕ ਮੈਨੂੰ ਕੋਈ ਕਿਤੇ ਵੀ ਫੜ ਕੇ ਖੜੀ ਕਰ ਲਵੇ, ਮੈਨੂੰ ਇਸ ਚੀਜ਼ ਦਾ ਪਤਾ ਲੱਗਾ ਜਦੋਂ ਕਿ ਦਿੱਲੀ ਮੈਂ ਗਈ ਸੀ ਕਿਸੇ ਕੰਮ ਲਈ ਤਾਂ ਉੱਥੇ ਇਹ ਉਹਨਾਂ ਦੇ ਗੁਆਂਢੀ ਗੱਲ ਕਰਦੇ ਸੀ ਮੇਰੇ ਨਾਲ, ਮੈਂ ਸੀਰੇ ਮੋਰੇ। ਅੱਛਾ ਜੀ, ਤੇ ਉਹ ਨਾ ਮਾਰਨ ਵਾਲੀ ਤਾਂ ਬੜੀ ਸੋਹਣੀ ਫਿਰਦੀ ਆ ਸੋਨੀਆ ਗਾਂਧੀ ਜਿਹੜੀ ਆ। ਅੱਛਾ ਜੀ, ਮਰਵਾਇਆ ਤੇ ਇਹ ਨਹੀਂ ਆ, ਤਾਂ ਉਹ ਬੇਚਾਰੇ ਜਿਹੜੇ ਉਹ ਫਾਂਸੀ ਚੜਾਏ ਉਹ ਵੀ ਝੂਠੇ ਚੜਾਏ, ਬਾਕੀ ਜਿਹੜੇ ਮਰੇ ਲੋਕ ਉਹ ਵੀ ਝੂਠੇ ਮਰੇ, ਇਹਨਾਂ ਨੂੰ ਇਹਨਾਂ ਦਾ ਕਿੱਥੇ ਭਲਾ ਹੋਣਾ, ਪਤਾ ਨੀ ਕਿਉਂ ਇਹ ਜੀਂਦੇ ਜਾਗਦੇ ਰਹੀਏ ਰਹਿ ਰਹੇ ਆ। ਤਾਂ ਕਹਿ ਵੀ ਕਹਿ ਦੁਖੀ ਹੋ ਕੇ ਆਉਂਦਾ, ਸਾਰੀ ਦੁਨੀਆ ਦੁਖੀ ਹੋਈ, ਇੰਨੀ ਕੀਤੀ ਸੀ ਜਿੰਨਾ ਝੂਠ ਬੋਲੇ, ਇੰਨਾ ਦੁੱਖ, ਇੰਨੀਆਂ ਤੰਗ ਕੀਤੀਆਂ ਸੀ, ਛੋਟੀ ਉਮਰ ਦੀਆਂ ਬੱਚੀਆਂ ਸੀ, ਮੂੰਹ ਚੋਂ ਕੱਢਣ ਨੂੰ ਜੀ ਨੀ ਕਰਦਾ ਗੱਲ। ਜੀ ਜੀ ਸਹੀ ਗੱਲ ਆ ਜੀ, ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿੱਖਾਂ ਦਾ, ਸਭ ਤੋਂ ਜ਼ਿਆਦਾ ਨੁਕਸਾਨ ਤਾਂ ਸਿੱਖਾਂ ਦਾ ਹੀ ਅੱਗੇ ਹੋਇਆ ਸੀ ਤੇ ਹੋ ਰਿਹਾ ਤੇ ਹੋਣਾ ਆ। ਮੋਰੇ ਫੜਿਆ ਆ, ਕੋਈ ਗੱਲ ਵੀ ਹੁੰਦੀ ਸਿੱਖਾਂ ਨੂੰ ਮੋਰੇ ਕਰ ਲੈਂਦੇ ਆ। ਹਾਂਜੀ, ਸਿੱਖਾਂ ਨੂੰ ਮੋਰੇ ਕਰ ਲੈਂਦੇ ਆ ਜੀ, ਕੋਈ ਵੀ ਕਸੂਰ ਨਹੀਂ ਸੀ ਉਸ ਦਿਨ, ਇਹ ਮੈਂ ਹਨਾ ਵਾਅਦਾ ਕਰਦੀ ਹਾਂ ਬੇ ਮਰਨਾ ਮਨਜ਼ੂਰ ਹੈ ਇਸ ਗੱਲ ਦੇ ਵਿੱਚ, ਮੈਂ ਸੱਚ ਬੋਲਦੀ ਹਾਂ। ਕਸੂਰ ਜਿਹੜਾ ਸੀ ਉਹ ਹਨਾ ਕਿ ਸੱਚੇ ਫਾਂਸੀ ਚੜ੍ਹਦੇ ਦੇਖੇ ਝੂਠਾ ਮੌਜ ਲੜਾਏ, ਉਹ ਗੱਲ ਆ ਜੀ, ਤੇ ਉਹ ਭਰ ਗਿਆ ਉਹ ਇਹਦੇ ਘਰ ਵਾਲਾ ਹੀ ਵਿਚਾਰਾ ਜਿਹੜਾ ਸੰਜੇ ਗਾਂਧੀ, ਕੀ ਉਹਦਾ ਨਾਂ ਸੀਗਾ, ਰਾਜੀਵ ਗਾਂਧੀ। ਜੀ ਜੀ ਹਾਂਜੀ, ਪਰ ਇਹ ਰਾਜਿਆਂ ਲਈ ਚੰਗੀ ਗੱਲ ਨੀ, ਰਾਜ ਕਰਨਾ ਤਾਂ ਬਹੁਤ ਸ਼ਰੀਫੀ ਨਾਲ ਪੈਂਦਾ ਹੁੰਦਾ, ਸਾਡੇ ਤਾਂ ਹੁਣ ਕਹਿਣੇ ਬੱਸੋਂ ਬਾਹਰ ਹੀ ਇਹ ਗੱਲਾਂ ਹੋਈਆਂ, ਤਾਂ ਇੱਥੇ ਤੱਕ ਹੋਇਆ ਸਭ ਕੁਛ। ਹਾਂਜੀ ਹਾਂਜੀ, ਓਕੇ, ਥੈਂਕ ਯੂ ਜੀ ਕਾਲ ਕਰਨ ਲਈ। ਓਕੇ ਬੇਟਾ, ਹਾਂਜੀ ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਬਲਵਿੰਦਰ ਜੀ। ਹਾਂਜੀ ਰਾਣੀ ਜੀ, ਆਪਣੀਆਂ ਲਾਈਨਾਂ ਤੇ ਫੁੱਲ ਹੈਗੀਆਂ ਆ, ਤੇ ਆਪਾਂ ਪਹਿਲਾਂ ਇੱਕ ਗੱਲ ਕਰ ਦੱਸ ਦਈਏ ਕਿ ਜਿੱਦਾਂ ਅਸੀਂ ਕਹਿੰਦੇ ਆ ਦੰਗੇ ਹੋਏ ਸੀ, ਦੰਗੇ ਹੁੰਦੇ ਆ ਬਰਾਬਰ ਤੇ ਲੜਨਾ, ਇਹ ਤਾਂ ਜੀ ਸਿੱਖਾਂ ਦਾ ਕਤਲ ਕੀਤਾ ਗਿਆ ਹੋਇਆ ਸੀ ਜੀ, ਕਤਲੋਗਾਹ ਹੋਇਆ ਸੀ, ਇਹ ਕੋਈ ਦੰਗੇ ਨਹੀਂ ਸੀ ਹੋਏ ਜੀ, ਉਹਨਾਂ ਦਾ ਕਤਲ ਹੋਇਆ ਸੀ ਤੇ ਉਹੀ ਮੈਂ ਤੁਹਾਨੂੰ ਦੱਸਦੀ ਸੀ ਵੀ ਦਹਿਸ਼ਤਗਰਦ ਦਾ ਖੁੱਲਾ ਨਾਚ ਹੋਇਆ ਸੀ ਜੀ। ਆਪਾਂ ਲੈਂਦੇ ਰਾਣੀ ਜੀ ਅਗਲੇ ਕਾਲਰ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਤੁਸੀਂ ਜਰਾ ਕੁੱਚੀ ਬੋਲੋਗੇ, ਸੁਣਦਾ ਨੀ। ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਰਾਣੀ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਕਾਲ ਕਰਦੇ ਜੀ? ਹਾਂਜੀ ਮੈਂ ਫਿਲਮਾਂ ਤੋਂ ਕਰਦੀ ਹਾਂ ਜੀ। ਹਾਂਜੀ ਕੀ ਸਾਂਝਾ ਕਰੂੰਗੇ ਸਾਡੇ ਨਾਲ? ਸਾਂਝਾ ਤੇ ਉਦੋਂ ਤੇ ਆਪਾਂ ਜੋ ਪ੍ਰਜਾਦਾ ਸੀਗਾ ਰੌਲਾ ਗੌਲਾ, ਉਦੋਂ ਯੂਪੀ ਵਿੱਚ ਰਹਿੰਦੇ ਸੀ ਜੀ ਜੀ, ਤੇ ਜਦੋਂ ਜ਼ਿਆਦਾ ਹੱਲਾ ਗੱਲਾ ਮੱਚਿਆ ਸਾਡੇ ਹਰਦਵਾਨੀ ਮੱਚਿਆ। ਹਾਂਜੀ, ਤੇ ਅਸੀਂ ਰਾਮਨਗਰ ਦੇ ਲਾਗੇ ਰਹਿੰਦੇ ਸੀ ਤੇ ਰਾਮਨਗਰ ਵਾਲਿਆਂ ਨੇ ਚਿੱਠੀਆਂ ਪਾਈਆਂ ਵੀ ਤੁਸੀਂ ਚੂੜੀਆਂ ਪਾ ਲਓ। ਅੱਛਾ ਜੀ, ਅੱਛਾ ਜੀ, ਤੇ ਤੁਸੀਂ ਇੱਥੇ ਕੁਛ ਹੱਲਾ ਗੁੱਲਾ ਨਹੀਂ ਕੀਤਾ, ਤੁਸੀਂ ਚੂੜੀਆਂ ਪਾ ਲਓ ਹੁਣ। ਅੱਛਾ ਜੀ, ਤੇ ਸਾਡੇ ਜਿੱਦਾਂ ਸੁਖ ਸ਼ਾਂਤੀ ਰਹੀ ਉਹਨੇ ਏਰੀਏ ਚ, ਉਹਨੇ ਏਰੀਏ ਚ ਮੁਸਲਮਾਨ ਬਹੁਤ ਸੀਗੇ ਜੀ। ਅੱਛਾ ਜੀ, ਤੇ ਸਾਨੂੰ ਕਿਸੇ ਨੂੰ ਤੰਗ ਨਹੀਂ ਕੀਤਾ। ਇੱਥੇ ਸਾਡੇ ਜਿੱਦਾਂ ਤਰਨ ਤਾਰਨ ਦੇ ਨਾਲ ਮੇਰਾ ਸਾਡਾ ਪਿੰਡ ਆ, ਤੇ ਉੱਥੋਂ ਸਾਡੀ ਬਿਲਕੁਲ ਨਾਲ ਹੀ ਸਾਡੇ ਘਰ ਦੇ ਘਰ ਆ, ਕੁੜੀ ਵਿਆਹੀ ਨੂੰ ਅੱਜ ਵਿਚਾਰੀ ਨੂੰ ਸਾਰੇ ਖਨੀ 9 ਮਹੀਨੇ ਹੋਏ ਸੀਗੇ, ਸਾਲ ਵੀ ਨਹੀਂ ਸੀ ਹੋਇਆ। ਅੱਛਾ ਜੀ,
ਉਹਨਾਂ ਦੇ ਘਰ ਹੁਣ ਜਦੋਂ ਜ਼ਬਰਦਸਤੀ ਜਿਹਨਾਂ ਹੁਣ ਜਿਹੜੇ ਭੁੱਖੇ ਮਰਦ ਕਿਸੇ ਦੇ ਘਰ ਆ ਕੇ ਰੋਟੀ ਖਾ ਲੈਣਗੇ, ਥੋੜਾ ਤੁਸੀਂ ਸਾਰੇ ਟੱਬਰ ਨੂੰ ਤੁਸੀਂ ਮਾਰ ਦੇਣਾ। ਹਾਂਜੀ ਹਾਂਜੀ, ਉਹਨਾਂ ਦੇ ਘਰ ਕਿਤੇ ਰੋਟੀ ਖਾ ਕੇ ਚਲੇ ਗਏ ਤੇ ਉਹ ਦੂਜਿਆਂ ਨੇ ਆਣ ਕੇ ਤਾਂ ਸਾਰੇ ਸਾਰੇ ਮਾਰ ਦਿੱਤੇ ਉਹਨਾਂ ਦੇ ਟੱਬਰ। ਦੇਖੋ ਕੁੜੀ, ਇੱਕ ਕੁੜੀ ਨੀ ਮਾਰੀ। ਮੈਂ ਕਿਹਾ ਬਿੰਦਰ ਤੈਨੂੰ ਕਿਉਂ ਨੀ ਮਾਰਿਆ? ਕਹਿੰਦੀ ਉਹ ਕਹਿੰਦੀ ਸੀ ਭੂਆ ਜਿਹੜਾ ਵਿਆਹ ਪਿੱਛੋਂ ਹੋਇਆ ਤੈਨੂੰ ਨੀ ਮਾਰਨਾ ਸੀ, ਤੇ ਬਾਕੀ ਦਾ ਘਰ ਵਾਲਾ ਕੱਢ ਕੇ ਬਾਹਰ ਸੁੱਤਿਆਂ ਪਿਆਂ ਨੂੰ ਉਠਾ ਉਠਾ ਕੇ ਸਹੁਰਾ ਸੱਸ ਤੇ ਜਠਾਣੀ ਉਹਦੀ ਦਰਖਤ ਤੇ ਚੜ ਗਈ, ਜਠਾਣੀ ਤੇ ਜੇਠ ਤੇ ਮੁੰਡਾ ਉਹਦਾ ਜਠਾਣੀ ਦਾ ਨਾਨਕੇ ਗਿਆ ਹੋਇਆ ਸੀ ਉਹ ਬਚ ਗਿਆ, ਤੇ ਉਹਨੂੰ ਵਿਚਾਰੀ ਨੂੰ ਛੇ ਮਹੀਨੇ ਬੇਬੀ ਹੋਣ ਵਾਲਾ ਸੀਗਾ ਤੇ ਬਾਅਦ ਚ ਬੇਬੀ ਹੋਇਆ ਉਹਦੇ ਹੋਇਆ ਤੇ ਮੁੰਡਾ ਸਾਡੇ ਕੁੜੀ ਦੇ। ਅੱਛਾ ਜੀ। ਬਾਕੀ ਸਾਰਾ ਟੱਬਰ ਜਿੱਦਾਂ ਉਹਨਾਂ ਨੇ ਖਤਮ ਕਰ ਦਿੱਤਾ ਉਹਦੇ ਅੱਖਾਂ ਦੇ ਸਾਹਮਣੇ ਸਾਹਮਣੇ। ਤਿੰਨ ਕ ਮਹੀਨੇ ਬਾਅਦ ਪੈਦਾ ਹੋਇਆ ਸੀਗਾ ਤੇ ਹੁਣ ਕੈਨੇਡਾ ਆਇਆ ਪੜ੍ਹਨ ਵਾਸਤੇ। ਅੱਛਾ ਜੀ। ਤੇ ਠੀਕ ਹੈ, ਆਪਦੇ ਘਰ ਮਾਂ ਵੀ ਉਹਦੇ ਦੁੱਖ ਨਾਲ ਮਰ ਗਈ। ਹਾਂਜੀ। ਅਸੀਂ ਇੱਧਰ ਆ ਗਏ ਤੇ ਮੇਰਾ ਕੁੜੀ ਮੁੰਡਾ ਸੀਗਾ ਉੱਥੇ ਕੁਵਾਰਾ ਤੇ ਉਹ ਪਿੰਡ ਛੱਡਿਆ ਤੇ ਇੱਕ ਦਿਨ ਸਾਡੇ ਪਿੰਡ ਇੰਨੀ ਗੋਲੀ ਚੱਲੀ, ਇੰਨੀ ਗੋਲੀ ਚੱਲੀ ਸਾਡੇ ਘਰ ਦੇ ਵਿੱਚ ਹੋਰ ਘਰ ਵੱਸਦਾ ਸੀ, ਮੇਰਾ ਮੁੰਡਾ ਜਾ ਕੇ ਉਹਦੇ ਨਾਲ ਸੌਂ ਗਿਆ। ਅੱਛਾ ਜੀ। ਤੇ ਪਤਿਆਉਰਾ ਲੱਗਦਾ ਹੈ ਮੇਰਾ, ਨਾ ਉਹ ਪਾਸਾ ਲਵੇ ਨਾ ਮੇਰਾ ਮੁੰਡਾ ਪਾਸਾ ਲਵੇ, ਉਹਦੇ ਦਿਲ ਦੇ ਵਿੱਚ ਵੀ ਆ ਮੁੰਡੇ ਆਣ ਕੇ ਕਿਤੇ ਮੇਰੇ ਨਾਲ ਸੌਂ ਗਏ ਆ। ਬਾਹਰ ਨਾ ਨਿਕਲਣਾ ਡਰਦਿਆਂ ਮਾਰਿਆ ਨੇ, ਕਿਤੇ ਫੜ ਕੇ ਨਾ ਲੈ ਜਾਣ ਜਾਣ ਕੇ। ਹਾਂਜੀ ਹਾਂਜੀ। ਅਸੀਂ ਤੇ ਸਾਡੇ ਕੋਲ ਬੰਦੂਕ ਸੀ, ਅਸੀਂ ਤੇ ਉਹ ਵੀ ਆਉਣ ਲੱਗੇ ਦੇ ਆਏ ਕਿਸੇ ਨੂੰ ਫ੍ਰੀ ਲਾਇਸੈਂਸ ਬਣਾ ਕੇ ਵੀ ਕਿਤੇ ਸਾਡੇ ਮੁੰਡੇ ਨੂੰ ਨਾ ਫੜ ਕੇ ਲੈ ਜਾਣ। ਹਾਂਜੀ ਹਾਂਜੀ, ਨਹੀਂ ਬਹੁਤ ਲੋਕੀ ਡਰਦੇ ਸੀਗੇ। ਓਕੇ, ਥੈਂਕ ਯੂ ਜੀ ਕਾਲ ਕਰਨ ਲਈ। ਹਾਂਜੀ ਹਾਂਜੀ, ਆਪਾਂ ਨੂੰ ਬਾਕੀ ਕਾਲਰਾਂ ਵੀ ਮੌਕਾ ਦੇਣਾ ਚਾਹੀਦਾ, ਥੋੜੀ ਥੋੜੀ ਗੱਲ ਸਾਰਿਆਂ ਦੀ ਆਪਾਂ ਸੁਣਦੇ ਆ। ਤੇ ਬਲਵਿੰਦਰ ਜੀ, ਆਪਣਾ ਸਟੂਡੀਓ ਦਾ ਨੰਬਰ ਇੱਕ ਵਾਰ ਫੇਰ ਦੱਸ ਦਈਏ, 408-272-5200 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਂਝੀ ਸਾਡੇ ਨਾਲ 84 ਦੇ ਦੰਗਿਆਂ ਬਾਰੇ ਤੇ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੇ ਬਾਰੇ। ਜੀ ਜੀ ਰਾਣੀ ਜੀ, ਆਪਾਂ ਲੈਣੇ ਅਗਲੇ ਕਾਲਰ ਜੀ। ਸਤਿ ਸ੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ, ਕਿੱਥੋਂ ਕਾਲ ਕਰਦੇ ਜੀ? ਬਸ ਤੁਹਾਡੇ ਪਿੰਡੋਂ ਕਰਦੇ ਆ। ਹਾਂਜੀ, ਤੇ ਕੀ ਸਾਂਝਾ ਕਰੋਗੇ ਜੀ ਸਾਡੇ ਨਾਲ? ਇਹ ਜਿਹੜੀ ਗੱਲ ਵੀ ਇੱਕ ਨੇ ਕਹੀ ਨਾ, ਹੁਣ ਪਿੱਛੇ ਅਜੀਬ ਆਪਣੇ ਸੋਨੀਆ ਤੁਰੀ ਫਿਰਦੀ ਆ। ਜੀ ਜੀ, ਇਹ ਸਾਰੀ ਸਕੀਮ ਤਾਂ ਸੋਨੀਆ ਦੀ ਆ। ਜੋ ਕੁਛ ਇਸ ਵੇਲੇ ਹੋ ਰਿਹਾ ਹਿੰਦੁਸਤਾਨ ਜਾਂ ਉਦੋਂ ਹੋਇਆ 84 ਚ, ਹਾਂਜੀ, ਇਹ ਤਾਂ ਪਹਿਲਾਂ ਕਾਂਗਰਸ ਕਮੇਟੀ ਦੇ ਦਫ਼ਤਰ ਬੈਠ ਕੇ ਸਾਰੀ ਜਿੰਨੇ ਬਦਮਾਸ਼ ਇਕੱਠੇ ਕੀਤੇ ਹੈ ਨਾ ਲੀਡਰ, ਜੀ ਜੀ, ਇਹ ਸਾਰਿਆਂ ਦੀ ਰਿਪੋਰਟ ਹੈ ਉਸ ਵੇਲੇ ਦੀ। ਬਈ ਸੋਨੀਆ ਗਾਂਧੀ ਦੇ ਰਾਜੀਵ ਗਾਂਧੀ ਨੂੰ ਕਲਕੱਤੇ ਭੇਜ ਦਿੱਤਾ 4 ਦਿਨ ਲਈ। ਜੀ, ਉਹ ਅਸ਼ੋਕਾ ਹੋਟਲ ਚ ਠਹਿਰਿਆ ਹੈ ਕਲਕੱਤੇ ਤੇ ਸਾਰਾ ਸਕੀਮ ਬਣਾ ਕੇ ਇਹ ਸੋਨੀਆ ਗਾਂਧੀ ਨੇ ਹੀ ਸਾਰਾ ਕੁਛ ਕਰਵਾਇਆ, ਤਾਂ ਅੱਜ ਕੱਲ ਜੋ ਕੁਛ ਕਰ ਰਹੀ ਹੈ ਹਿੰਦੁਸਤਾਨ ਚ, ਉੱਥੇ ਕੋਈ ਦੂਜਾ ਬੰਦਾ ਨਹੀਂ ਕਰ ਰਿਹਾ, ਉਹ ਸੋਨੀਆ ਗਾਂਧੀ ਹੀ ਕਰ ਰਹੀ ਆ। ਲੁੰਡੀ ਫਾਂਸੀ ਵੀ ਮਾਫ ਹੋ ਜਾਏਗੀ, ਸਿਰਫ ਸਿੱਖਾਂ ਨੂੰ ਲਾਗੇ ਲਾਉਣ ਦੀ ਲੋੜ ਹੈ। ਜੀ ਜੀ, ਪੁੱਛਣੀ ਆ ਇਹ ਡਰਾਮਾ ਜਿਹੜਾ ਜਿਹੜਾ ਇਹਦੇ ਭਾਂਡੇ ਮਾਂਜੀ ਰਹੀ ਨਾ 2.5 ਮਹੀਨੇ ਜੀ, ਬੁੱਢੀ ਜਿਹੜੀ ਦੇਸ਼ ਦੀ ਪ੍ਰੈਜ਼ੀਡੈਂਟ ਬਣੀ ਫਿਰਦੀ ਆ ਨਾ, ਹਾਂਜੀ, ਸਾਰੀ ਸਕੀਮ ਉਹਨਾਂ ਦੇ ਰਾਹੀਂ ਬਣੀ ਹੋਵਾਂ। ਭੁੱਲਰ ਸਾਹਿਬ ਦੀ ਫਾਂਸੀ ਵੀ ਮਾਫ ਹੋ ਜਾਣੀ ਆ, ਸਿਰਫ ਇੱਕ ਡਰਾਮਾ ਖੇਡਿਆ ਜਾ ਰਿਹਾ। ਸਿੱਖ ਜਿਹੜੇ ਆ ਇਹਨਾਂ ਦਾ ਕਾਲਾ ਧਰਦਾ ਵੀ ਰੌਲਾ ਰਾਮਦੇਵ ਦਾ ਵੀ ਉਹ ਵੀ ਹੈ ਨਾ, ਸਿਰਫ ਮਨਮੋਹਨ ਸਿੰਘ ਚੁੱਪ ਬੈਠਾ ਉਹਦੇ ਕੋਲ ਹੈ ਕੁਛ ਨੀ, ਉਹਦਾ ਇੱਕ ਮੂਰਤੀ ਆ ਬਸ, ਹੋਰ ਇੰਨਾ ਕੁਛ ਨੀ। ਜੋ ਇਹਨਾਂ ਨੂੰ ਸਜ਼ਾ ਕਿਸੇ ਨੂੰ ਨੀ ਹੋਣੀ, ਭੁੱਲਰ ਨੂੰ ਤਾਂ ਛੱਡਣਾ ਪੈਣਾ ਮਜ਼ਬੂਰ, ਕਿਸੇ ਕੌਮ ਜਿਹੜੀ ਆ ਉਹ ਅੱਗੇ ਸਜ਼ਾ ਹੀ ਹੋਰ। ਹਾਂਜੀ, ਬਾਕੀ ਹੋਰ ਸਾਰੇ ਸਕੀਮ ਦਾ ਮੈਂ ਤੈਨੂੰ ਪਤਾ। ਚੰਗਾ ਜੀ ਜੀ, ਚੰਗਾ ਓਕੇ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ ਜੀ। ਜੀ ਬਲਵਿੰਦਰ ਜੀ। ਹਾਂਜੀ ਰਾਣੀ ਜੀ, ਮੇਰੇ ਖਿਆਲ ਇਹਨਾਂ ਦੀ ਲਾਈਨ ਵੀ ਡ੍ਰੌਪ ਹੀ ਹੋ ਗਈ ਆ ਗੱਲ ਕਰਦਿਆਂ ਕਰਦਿਆਂ, ਤੇ ਬਸ ਇਹਨੀ ਗੱਲ ਆਪਣੀ ਕਹਿ ਵੀ ਲਈ। ਸਤਿ ਸ੍ਰੀ ਅਕਾਲ, ਤੇ ਆਪਾਂ ਅਗਲੇ ਕਾਲਰ ਲੈਣੇ ਆ ਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਬਲਵਿੰਦਰ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਬਸ ਠੀਕ ਹੈ ਜੀ, ਤੁਸੀਂ ਸੁਣਾਓ? ਬਸ ਠੀਕ ਠਾਕ, ਤੇ ਕੀ ਸਾਂਝਾ ਕਰੂੰਗੇ ਸਾਡੇ ਨਾਲ? ਹਾਂਜੀ, ਮੈਂ ਇੱਕ ਵਾਰ ਲਿਖੀ ਆ ਢਾਡੀਆਂ ਦੇ, ਵੈਸੇ ਤਾਂ ਗਾਉਣ ਵਾਲੀ ਆ ਜੀ ਜੀ, ਲਿਖੀ ਉਹ ਤਾਂ ਉਦੋਂ ਦੀ ਆ 94 ਦੀ, ਆਪਣੇ 84 ਦੀ ਜੀ। ਹਾਂਜੀ ਰਾਣੀ ਜੀ, ਮੇਰਾ ਖਿਆਲ ਇਹਨਾਂ ਦੀ ਲਾਈਨ ਡ੍ਰੌਪ ਹੋ ਗਈ ਆ, ਤੇ ਦੁਬਾਰਾ ਪਲੀਜ਼ ਕਾਲ ਕਰ ਲਾਇਓ 408-272-5200, ਤੇ ਇਹ ਸਨ ਮੇਰੇ ਖਿਆਲ ਦੇ ਵਿੱਚ ਗੁਰਦੇਵ ਸਿੰਘ ਜੀ ਨਾਲ ਹੀ, ਤੇ ਪਲੀਜ਼ ਸਾਨੂੰ ਕਾਲ ਕਰ ਲਿਓ, ਤੁਹਾਡੀ ਲਾਈਨ ਡ੍ਰੌਪ ਹੋ ਗਈ ਆ, ਤੇ ਆਪਾਂ ਲੈਣੇ ਜੀ ਅਗਲੇ ਕਾਲਰ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਣੀ ਜੀ, ਮੇਰੇ ਖਿਆਲ ਦੇ ਵਿੱਚ ਇਹ ਨਹੀਂ ਲਾਈਨ ਤੇ ਹੈਗੇ ਆ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ, ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਕਿੱਥੋਂ ਕਾਲ ਕਰਦੇ ਜੀ? ਹਾਂਜੀ, ਮੈਂ ਸੈਕਰਾਮੈਂਟੋ ਤੋਂ। ਹਾਂਜੀ, ਕੀ ਸੁਣਾਓਗੇ? ਹਾਂਜੀ, ਮੈਂ ਸੁਣਾਉਣਾ ਨੀ, ਮੈਂ ਦੱਸਣਾ ਸੀ ਭਈ ਉਦੋਂ ਜਦੋਂ ਦਿੱਲੀ ਦੇ ਹੋਏ ਆ, ਹਾਂਜੀ ਦੰਗੇ, ਹਾਂਜੀ ਮੈਂ ਉਦੋਂ ਬੱਚੇ ਚੰਡੀਗੜ੍ਹ ਪੜ੍ਹਦੇ ਸੀ ਤੇ ਛੁੱਟੀਆਂ ਸੀ ਤੇ ਪਿੰਡ ਗਏ ਸੀ। ਅੱਛਾ ਜੀ। ਤੇ ਸਾਡੇ ਉਹ ਘਰਾਂ ਦੇ ਹੀ ਸੀ ਦੋ ਲੜਕੇ, ਤੇ ਉਹ ਦਿੱਲੀ ਟਰੱਕ ਚਲਾਉਂਦੇ ਸੀ। ਹਾਂਜੀ, ਉਹ ਵੱਡਾ ਭਰਾ ਵਿਆਹਿਆ ਸੀ, ਛੋਟਾ ਜੇ ਕੁਆਰਾ ਸੀ, ਤੇ ਜਦੋਂ ਉਹਦੇ ਵੱਡਾ ਤੇ ਪਾ ਕੇ ਤੇ ਗਾਲਾਂ ਚ ਪਾਉਣ ਲੱਗੇ, ਟਾਇਰ ਪਾ ਕੇ ਅੱਗ ਲਾਈ, ਤੇ ਵੱਡੇ ਨੇ ਛੋਟੇ ਨੂੰ ਕਿਹਾ ਦੌੜ ਜਾ। ਹਾਂਜੀ, ਤੇ ਉਹ ਕਹਿੰਦਾ ਵੀ ਮੈਂ ਤੈਨੂੰ ਛੱਡ ਕੇ ਕਿਵੇਂ ਜਾ ਸਕਦਾ? ਉਹ ਕਹਿੰਦਾ ਤੂੰ, ਮੈਂ ਤੈਨੂੰ, ਮੇਰੀ ਕਸਮ ਹੈ ਤੂੰ ਮੈਨੂੰ ਤਾਂ ਮਾਰ ਦੇਣਾ, ਉਹਨੇ ਤੈਨੂੰ ਮਾਰ ਦੇਣਾ, ਤੂੰ ਚੱਲ ਮੇਰੇ ਬੱਚੇ ਤਾਂ ਪਾਲ ਲੈਗਾ। ਹਾਂਜੀ ਹਾਂਜੀ, ਤੇ ਉਹਨੇ ਵਿਚਾਰੇ ਦੇ ਘਰ ਆਣ ਕੇ ਤੇ ਇੱਥੇ ਆਪਣੀ ਭਰਜਾਈ ਨੂੰ ਕਹਿਣ ਲੱਗਾ ਵੀ ਮੈਂ ਕੀ ਦੱਸਾਂ ਵੀ ਮੈਂ ਤੈਨੂੰ ਹੱਥੀ ਮਾਰਿਆ ਆ। ਅੱਛਾ ਜੀ, ਤੇ ਉਸ ਵੇਲੇ ਦਾ ਜਦੋਂ ਆਪਾਂ ਸੀਨ ਯਾਦ ਕਰਦੇ ਆ, ਤੇ ਪਰ ਹੁਣ ਜਿਵੇਂ ਵੇਖੋ ਆਪਾਂ ਹੁਣ ਕਈ ਗੱਲ ਕਹਿੰਦੇ ਆ ਬਈ ਬਾਹਮਣਵਾਦ, ਹਨਾ, ਦੇਖੋ ਆਪਾਂ ਬਾਹਮਣਾਂ ਨੂੰ ਤਾਂ ਕਹੀਏ, ਉਹ ਤਾਂ ਵਿਚਾਰੇ ਆਪਣੇ ਵਰਗੇ ਉਹ ਆ, ਹੈਨਾ ਜੀ ਜੀ ਜੀ। ਦੇਖੋ ਹੁਣ ਜੇ ਆਪਾਂ ਜੇ ਹੁਣ ਆਪਣਾ ਮੁੱਖ ਮੰਤਰੀ ਆ ਉਹ ਆਪਣਾ ਸਰਦਾਰ ਆ ਜੀ, ਹਾਂਜੀ, ਜੇ ਪ੍ਰਾਈਮ ਮਿਨਿਸਟਰ ਉਹ ਆਪਣਾ ਸਰਦਾਰ ਆ, ਹੈਨਾ ਜੀ, ਜੇ ਉਹ ਵੀ ਕੁਛ ਕਰ ਰਿਹਾ, ਹਾਂਜੀ, ਆਪਾਂ ਦੂਜਿਆਂ ਨੂੰ ਕਿਉਂ ਦੋਸ਼ ਦਈਏ ਜੀ? ਦੇਣਾ ਵੀ ਨੀ ਚਾਹੀਦਾ। ਹਾਂਜੀ, ਹੁਣ ਤੋਂ ਵੀ ਕਹਿ ਸਕਦੇ ਵੀ ਤੁਹਾਡੀ ਸਰਦਾਰਾਂ ਦੀ ਹੈਗੀ ਸਾਰਾ ਸਰਦਾਰਾਂ ਦਾ ਰਾਜ ਆ। ਓਕੇ, ਹਾਂਜੀ ਨੀ ਕਹਿ ਸਕਦੇ, ਹਾਂਜੀ ਹੁਣ ਤਾਂ ਸਰਦਾਰ ਦਾ ਹੀ ਰਾਜ ਆ, ਇਹ ਗੱਲ ਤੇ ਆਪਾਂ ਉਹਨਾਂ ਨੂੰ ਨਹੀਂ ਕਹਿ ਸਕਦੇ ਜੀ। ਜੀ ਰਾਣੀ ਜੀ, ਮੇਰੇ ਖਿਆਲ ਉਹਨਾਂ ਕੋਲ ਬੱਚੇ ਸੀ, ਉਹਨਾਂ ਦੀ ਲਾਈਨ ਡ੍ਰੌਪ ਕਰ ਦਿੱਤੀ ਆ, ਤੇ ਆਪਾਂ ਲੈਣੇ ਜੀ ਅਗਲੇ ਕਾਲਰ ਜੀ। ਸਤਿ ਸ੍ਰੀ ਅਕਾਲ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਮੇਰੀ ਲਾਈਨ ਡ੍ਰੌਪ ਹੋ ਗਈ ਸੀ। ਹਾਂਜੀ ਹਾਂਜੀ ਹਾਂਜੀ, ਕੋਈ ਨੀ, ਤੁਸੀਂ ਹੁਣ ਸੁਣਾਓ ਜੀ। ਹਾਂਜੀ, ਤਾਵਾ ਬੋਲਿਆ ਰੰਡੀ ਇੰਦਰਾ, ਹੋ ਕੋਈ ਦਿਨ ਖੇਡ ਲੈ ਮੌਜਾਂ ਮਾਣ ਲੈ, ਤੈਂ ਭੱਜ ਜਾਵਣਾ ਓਏ ਕੰਗਣਾ ਕੱਚ ਦਿਆ। ਤਾਵਾ ਬੋਲਿਆ ਰੰਡੀ ਇੰਦਰਾ, ਤੇ ਦਿੱਲੀਓਂ ਫੌਜ ਚੜੀ, ਉਹਨੇ ਘੇਰਾ ਕੱਤ ਪੰਜਾਬ ਨੂੰ, ਕੀਤੀ ਸਿੰਘਾਂ ਤੇ ਅੱਤ ਬੜੀ, ਕਹਿੰਦੀ ਜਿਉਂਦਾ ਕੋਈ ਨੀ ਛੱਡਣਾ, ਕਹਿੰਦੀ ਜਿਉਂਦਾ ਕੋਈ ਨੀ ਛੱਡਣਾ, ਹੈ ਸਿਰ ਤੇ ਜਿਸ ਦੇ ਪੱਗ ਧਰੀ, ਉੱਥੇ ਚੁਣ ਚੁਣ ਮਾਰੇ ਸੂਰਮੇ, ਦਫਾ ਕਿਸੇ ਤੇ ਨਹੀਂ ਜੜੀ। ਸਿੰਘ ਮੂਲੀ ਕਿਹੜੇ ਵਾਗਦੀ, ਸਿੰਘ ਮੂਲੀ ਕਿਹੜੇ ਵਾਗਦੀ, ਉਸਦੀ ਛੱਡਣੀ ਨਹੀਂ ਜੜੀ। ਗੱਲਾਂ ਕਰਦੀ ਨਿੱਤ ਅਨਹੋਣੀਆਂ, ਰੰਨ ਭੂਹੇ ਬਹੁਤ ਚੜੀ। ਗੱਲ ਬੱਜੀ ਵਰਛੇ ਬਾਂਗਰਾਂ, ਗੱਲ ਬੱਜੀ ਵਰਛੇ ਬਾਂਗਰਾਂ, ਤੇ ਦਿਲ ਤੇ ਆਣ ਲੜੀ। ਸਿੰਘ ਛੱਡ ਜਕਾਰਾ ਬੋਲਿਆ, ਸੁਣ ਇੰਦਰਾ ਇੱਕ ਘੜੀ, ਨੀ ਮੈਂ ਮੁੱਢ ਅਨੰਦਪੁਰ ਬਾਗ ਦਾ, ਨੀ ਮੈਂ ਮੁੱਢ ਅਨੰਦਪੁਰ ਬਾਗ ਦਾ, ਜੇ ਦੀ ਜੜ ਦਸ਼ਮੇਸ਼ ਜੜੀ, ਇਹਨੂੰ ਪੱਟ ਕੋਈ ਨਹੀਂ ਸਕਿਆ, ਚਾਤੀ ਪਿਛਾ ਨੂੰ ਮਾਰ ਜਰੀ। ਇਹਦਾ ਲੋਹਾ ਦੁਨੀਆਂ ਮੰਨਦੀ, ਇਹਦਾ ਲੋਹਾ ਦੁਨੀਆਂ ਮੰਨਦੀ, ਗੱਲ ਸੁਣ ਤੂੰ ਹੋਰ ਖਰੀ, ਅਸੀਂ ਕਿਉਂ ਕੱਤੀ ਪਾ ਦਈਏ, ਨਾ ਲਾਈਏ ਪੱਲ ਕੜੀ। ਸੱਜਣੋ ਭਰ ਕੇ ਸਿੰਘ ਸਟੇਨ ਨੂੰ, ਸੱਜਣੋ ਭਰ ਕੇ ਸਿੰਘ ਸਟੇਨ ਨੂੰ, ਗੋਲੀ
ਇੰਦਰਾ ਇੱਕ ਜੜੀ ਕਹਿੰਦਾ ਦਾਤਾ ਭਗਤ ਤੇ ਸੂਰਮਾ ਨਾ ਚੱਲਣ ਕਦੇ ਤੜੀ ਕਹਿੰਦਾ ਰਾਜ ਕਰੇਗਾ ਖਾਲਸਾ ਕਹਿੰਦਾ ਰਾਜ ਕਰੇਗਾ ਖਾਲਸਾ ਗੱਲ ਇੱਥੇ ਬਸ ਖੜੀ ਗੱਲਾਂ ਕਰਦਾ ਨੌਲੀ ਵਾਲੜਾ ਵਿੱਚ ਸਿੰਘਾਂ ਅਣਖ ਬੜੀ ਵਿੱਚ ਸ਼ੇਰਾਂ ਅਣਖ ਬੜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸੋਹਣੀ ਸੀ ਤੁਹਾਡੀ ਕਵਿਤਾ ਜੀ ਥੈਂਕ ਯੂ ਜੀ ਜੀ ਬਲਵਿੰਦਰ ਜੀ ਜੀ ਦੇਖੋ ਇਹਨੇ ਬਹੁਤ ਵਧੀਆ ਕਵਿਤਾ ਲਿਖੀ ਸੀਗੀ ਜੀ ਰਾਣੀ ਜੀ ਜਿੱਦਾਂ ਆਪਾਂ ਕਹਿੰਦੇ ਹੈਗੇ ਹਾਂ ਕਿ ਇਹ ਦੰਗੇ ਸੀਗੇ ਇਹ ਪਹਿਲਾਂ ਦੰਗੇ ਸਾਡੇ ਮੂੰਹ ਵਿੱਚ ਪਾਏ ਗਏ ਸੀ ਵੈਸੇ ਆਪ ਹੀ ਇਹਨਾਂ ਨੇ ਖਬਰਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਪਰ ਇਹ ਦੰਗੇ ਨਹੀਂ ਸੀ ਇੱਕ ਤਲੋ ਗਾਰਤ ਹੋਈ ਸੀ ਸਿੱਖਾਂ ਦੀ ਜੀ ਬਲਵਿੰਦਰ ਜੀ ਤੇ ਮੈਂ ਉਦੋਂ ਇਹ ਵੀ ਗੱਲ ਸੁਣੀ ਸੀਗੀ ਬਈ ਉਦੋਂ ਦਿੱਲੀ ਜਾ ਕੇ ਕਿਸੇ ਨੇ ਇਸ ਗੱਲ ਦੀ ਚੁਗਲੀ ਕੀਤੀ ਸੀਗੀ ਬਈ ਭਿੰਡਰਾਂ ਵਾਲੇ ਸੰਤਾਂ ਬਾਰੇ ਬਈ ਤੁਹਾਡੇ ਤੇ ਦੋ ਦਿਨਾਂ ਦੇ ਵਿੱਚ ਦਿੱਲੀ ਤੇ ਹਮਲਾ ਕੀਤਾ ਜਾਊਗਾ ਅਜੀ ਉਹ ਆਪਣੇ ਲੀਡਰ ਹੀ ਸੀਗੇ ਹੋਰ ਤੇ ਕੋਈ ਨਹੀਂ ਸੀ ਉਹੀ ਆਪਣੇ ਲੀਡਰਾਂ ਨੇ ਇਹ ਗੱਲ ਆਪਾਂ ਨੂੰ ਇੱਕ ਇੱਕ ਬੰਦੇ ਨੂੰ ਵੀ ਮੇਰੇ ਕਹਿਣ ਮੁਤਾਬਕ ਤੇ ਇੱਕ ਬੰਦੇ ਨੂੰ ਇਸ ਗੱਲ ਦਾ ਦੋਸ਼ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਆਪਣੇ ਵਿੱਚ ਸਿੱਖ ਲੀਡਰ ਵੀ ਸੀਗੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਜਿਨ੍ਹਾਂ ਦੇ ਸਾਰਾ ਮਤਲਬ ਕਹਿ ਲਓ ਵੀ ਉਹ ਚੁਗਲੀ ਵਾਲੀ ਗੱਲ ਹੋ ਗਈ ਵੀ ਜਾ ਕੇ ਚੁਗਲੀ ਕੀਤੀ ਵੀ ਦੋ ਤਿੰਨਾਂ ਦਿਨਾਂ ਦੇ ਵਿੱਚ ਦਿੱਲੀ ਤੇ ਅਟੈਕ ਹੋਣ ਵਾਲਾ ਤੇ ਉਹਨੇ ਉਸ ਤੋਂ ਪਹਿਲਾਂ ਹੀ ਹਰਿਮੰਦਰ ਸਾਹਿਬ ਤੇ ਜਿੱਦਾਂ ਫੌਜਾਂ ਚੜਵਾ ਦਿੱਤੀਆਂ ਬਈ ਮੇਰੀ ਦਿੱਲੀ ਤੇ ਅਟੈਕ ਹੋਣ ਵਾਲਾ ਤਾਂ ਕਿਉਂ ਨਾ ਮੈਂ ਪੰਜਾਬ ਤੇ ਹਰਿਮੰਦਰ ਸਾਹਿਬ ਤੇ ਹਮਲਾ ਕਰਵਾ ਦੇਵਾਂ ਕਿਉਂਕਿ ਉਹ ਹਾਂਜੀ ਉਹਨਾਂ ਦਿਨਾਂ ਦੇ ਵਿੱਚ ਹੀ ਕਿਉਂਕਿ ਉਹਨੂੰ ਪਤਾ ਸੀਗਾ ਵੀ ਭਿੰਡਰਾਂ ਵਾਲੇ ਸੰਤ ਜਿਹੜੇ ਉਹ ਹਰਿਮੰਦਰ ਸਾਹਿਬ ਦੇ ਵਿੱਚ ਰਹਿ ਰਹੇ ਆ ਤਾਂ ਤੇ ਕਹਿੰਦੇ ਜੀ ਘਰ ਦਾ ਭੇਤੀ ਲੰਕਟ ਆਏ ਘਰ ਦਾ ਭੇਤੀ ਲੰਕਟ ਆਏ ਇਹ ਗੱਲ ਉਦੋਂ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਮੈਂ ਆਪ ਆਪਣੇ ਕੰਨੀ ਗੱਲਾਂ ਸੁਣੀਆਂ ਪੁਲਿਸ ਵਾਲੇ ਕਰਦੇ ਵੀ ਇਹ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਵੀ ਹੋਈ ਸੀ ਕਿ ਦੋ ਦੋ ਤਿੰਨ ਤਿੰਨ ਲੱਖ ਰੁਪਈਆ ਦਿੱਤਾ ਜਾਂਦਾ ਸੀਗਾ ਹਰ ਇੱਕ ਬੰਦੇ ਨੂੰ ਤੇ ਜਿਹੜੇ ਦੰਗੇ ਕਰਵਾਏ ਕਹਿੰਦੇ ਆ ਵੀ ਦੰਗੇ ਕੀਤੇ ਦਿੱਲੀ ਦੰਗੇ ਹੋਏ ਇੱਥੇ ਦੰਗੇ ਹੋਏ ਉਹ ਉਹਨਾਂ ਨੇ ਪੈਸੇ ਦੇ ਕੇ ਉਹ ਜਿਹੜੇ ਝੁੱਗੀਆਂ ਵਾਲੇ ਸੀਗੇ ਇਹਦੇ ਵਿੱਚ ਕੋਈ ਹਿੰਦੂ ਭਰਾ ਜਾਂ ਆਪਣੇ ਮੁਸਲਮਾਨ ਭਰਾ ਜਾਂ ਆਪਣੇ ਸਿੱਖ ਭਰਾ ਉਹਨਾਂ ਨੂੰ ਇਸ ਗੱਲ ਦਾ ਦੋਸ਼ ਨਹੀਂ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੇ ਪੈਸੇ ਦੇ ਕੇ ਜਿਹੜੇ ਝੁੱਗੀਆਂ ਵਾਲੇ ਸੀ ਉਹਨਾਂ ਕੋਲੋਂ ਇਹ ਕੁਛ ਕਰਵਾਇਆ ਸੀ ਜੀ ਜੀ ਰਾਣੀ ਜੀ ਕਾਫੀ ਟਾਈਮ ਤੋਂ ਇੱਕ ਆਪਣੇ ਕਾਲਰ ਹੋਲਡ ਤੇ ਆ ਤੇ ਉਹਨਾਂ ਨਾਲ ਗੱਲ ਕਰ ਲਈਏ ਪਹਿਲਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਭੁੱਲਰ ਦੀ ਫਾਂਸੀ ਬਾਬਤ ਮੈਂ ਤਾਂ ਇਹ ਗੱਲ ਕਰਨਾ ਚਾਹੁੰਦਾ ਸੀ ਜੀ ਜਰੂਰ ਜਰੂਰ ਹਾਂਜੀ ਕਰੋ ਜੀ ਹਾਂ ਦੇਖੋ ਜੀ ਭੁੱਲਰ ਦੀ ਫਾਂਸੀ ਤਾਂ ਇਹੋ ਜੀ ਆ ਉਹਦਾ ਬੇਸ ਜਿਹੜਾ ਬਹੁਤ ਵੀਕ ਹੈ ਬਹੁਤ ਕਮਜ਼ੋਰ ਆ ਜਿਸ ਬੇਸ ਤੇ ਉਹਨੂੰ ਫਾਂਸੀ ਦਿੱਤੀ ਗਈ ਆ ਜੀ ਹਾਂਜੀ ਜਿਹੜਾ ਬਹੁਤ ਕਮਜ਼ੋਰ ਹੈ ਕੇਸ ਉਹਦਾ ਫਾਂਸੀ ਦੇ ਕਾਬਲ ਬਣਦਾ ਹੀ ਨਹੀਂ ਸੀ ਕਿਸੇ ਵੀ ਹਾਲਤ ਵਿੱਚ ਚਲੋ ਉਹਨਾਂ ਨੇ ਮਤਲਬ ਸਾਨੂੰ ਘੱਟ ਕਮਿਊਨਿਟੀ ਗਿਣਤੀ ਸਮਝਦੇ ਆ ਜਾਂ ਸਾਡੇ ਨਾਲ ਵੈਸੇ ਵਿਤਕਰਾ ਵੀ ਪਹਿਲੇ ਤੋਂ ਕਰਦੇ ਰਹੇ ਇਸ ਕਰਕੇ ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਸੋਚ ਕੇ ਇਹਨੂੰ ਫਾਂਸੀ ਦੇ ਦਿੱਤੀ ਗਈ ਆ ਜੀ 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 ਤੇ ਹੁਣ ਸਾਡੇ ਗੱਲ ਰਹੀ ਬਈ ਉਹ ਹੁਣ ਸਾਡੀ ਸਿੱਖ ਕੌਮ ਦੇ ਇਕੱਠੇ ਹੋਣ ਦੀ ਗੱਲ ਇਕੱਠਾ ਹੋ ਕੇ ਹੰਭਲਾ ਮਾਰਨ ਦੀ ਗੱਲ ਉਹ ਫਾਂਸੀ ਤਾਂ ਮਾਫ਼ ਹੋ ਜਾਣੀ ਆ ਹਾਂਜੀ ਇਹ ਜੇ ਹੰਭਲਾ ਪੂਰੀ ਤਰ੍ਹਾਂ ਮਾਰ ਦੇਣ ਇਕੱਠੇ ਹੋ ਕੇ ਇਹ ਫਾਂਸੀ ਮਾਫ਼ ਹੋਈ ਪਈ ਆ ਕਿਉਂਕਿ ਇਹਦਾ ਬੇਸ ਕੁਝ ਵੀ ਨੀ ਹੈਗਾ ਹਾਂਜੀ ਤੇ ਬਾਕੀ ਰਹੀ ਗੱਲ ਵਿਤਕਰੇ ਦੀ ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਜਦ ਤੋਂ ਆਜ਼ਾਦੀ ਮਿਲੀ ਆ ਦੇਸ਼ ਨੂੰ ਉਦੋਂ ਤੋਂ ਹੀ ਸਿੱਖਾਂ ਦਾ ਮਤਲਬ ਸੈਂਟਰ ਪੂਰਾ ਵਿਤਕਰਾ ਕਰਦਾ ਰਿਹਾ ਜੀ ਜੀ ਉਸ ਵਿਤਕਰੇ ਅਧੀਨ ਸਾਨੂੰ ਬਹੁਤ ਕੁਛ ਖੋਣਾ ਵੀ ਪਿਆ ਲੂਜ਼ ਕਰਨਾ ਪਿਆ ਸਾਡੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਤੇ ਮੈਂ ਤਾਂ ਇਹ ਵੀ ਸਮਝਦਾ ਵੀ ਆਉਂਦੇ ਟਾਈਮ ਵੀ ਗਾਹਾਂ ਵੀ ਮਤਲਬ ਇਸੇ ਤਰ੍ਹਾਂ ਹੀ ਰਹਿਣਾ ਆ ਕਿ ਉਹ ਦੇਖੋ ਦਿੱਲੀ ਦੇ ਦੰਗੇ ਦੇਖ ਲਓ ਦੰਗੇ ਕਹਿੰਦਾ ਮਤਲਬ ਇੱਕ ਪਾਸਾ ਉਹ ਕਤਲੇਗਾਰ ਸੀਗਾ ਹਾਂਜੀ ਜੀ 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 ਤੇ ਉਹ ਕੋਈ ਦੰਗੇ ਨੀ ਸੀਗੇ ਮਤਲਬ ਵਨ ਸਾਈਡਡ ਮਤਲਬ ਲੜਾਈ ਸੀ ਉਹਨਾਂ ਨੇ ਮਤਲਬ ਮਾਰਨੇ ਵੱਢਣੇ ਸ਼ੁਰੂ ਕਰ ਦਿੱਤੇ ਹਾਂਜੀ ਹਾਂਜੀ ਤੇ ਹੁਣ ਬਾਕੀ ਹੋਰ ਅਸੀਂ ਇਹ ਵੀ ਦੇਖ ਸਕਦੇ 25-26 ਸਾਲ ਲੰਘ ਗਏ ਆ ਕਿਸੇ ਨੂੰ ਕੋਈ ਸਜ਼ਾ ਨੀ ਕੁਛ ਨੀ ਉਹਨਾਂ ਨੂੰ ਪਤਾ ਨੀ ਲੱਗਾ ਵੀ ਕਿ ਮਾਰੇ ਕਿ ਨਹੀਂ ਮਾਰੇ ਉਹ ਉਹਨਾਂ ਨੂੰ ਪਤਾ ਵੀ ਸਭ ਕੁਛ ਹੈਗਾ ਉਹਨੇ ਇਹ ਮਤਲਬ ਉਹਨੇ ਕੁਛ ਵੀ ਨੀ ਕਰਨਾ ਉਹਨੂੰ ਪਤਾ ਵੀ ਅਸੀਂ ਇਹਨੇ ਬਹੁਤ ਵਧੀਆ ਕੀਤਾ ਸਿੱਖਾਂ ਦੇ ਵਿਰੁੱਧ ਜੇ ਆਪ ਕਰਾਇਆ ਸੀ ਨਾ ਉਹਨਾਂ ਨੇ ਕਰਨਾ ਨੀ ਉਹਨਾਂ ਨੂੰ ਕੁਛ ਵੀ ਕਿਉਂਕਿ ਉਹ ਆਪ ਕਰਾਇਆ ਹਾਂਜੀ ਹਾਂਜੀ ਤੇ ਇਸ ਕਰਕੇ ਭੈਣ ਜੀ ਮੈਂ ਤਾਂ ਇਹ ਆਖਦਾ ਵੀ ਇਹ ਸਿੱਖਾਂ ਨੂੰ ਗਾਹਾਂ ਸੋਚਣਾ ਪਊਗਾ ਜੇ ਜਿੰਨੀ ਦੇਰ ਉਹਨਾਂ ਦੇ ਨਾਲ ਰਹਿੰਦੇ ਅਸੀਂ ਉਹਨਾਂ ਦੇ ਥੱਲੇ ਹੈਗੇ ਅਸੀਂ ਉਹਨੇ ਗੁਲਾਮ ਬਣ ਕੇ ਰਹਿਣਾ ਪੈਣਾ
ਜਦੋਂ ਮਰਜ਼ੀ ਸਾਨੂੰ ਕੁੱਟ ਲੈਣ, ਉਹਨਾਂ ਦੀ ਮਰਜ਼ੀ ਆ। ਜੇ ਥੋੜੀ ਬਹੁਤੀ ਸਾਡੀ ਸਿੱਖ ਕੌਮ ਚ ਅਣਖ ਹੋਈ ਜਾਂ ਕਿੱਦਾਂ ਗਾਹਾਂ ਕੁਛ ਸੋਚਣਗੇ, ਜਦ ਤਾਂ ਹੀ ਉਹਨਾਂ ਦੇ ਅਧੀਨ ਹੈ, ਉਹਨਾਂ ਦੇ ਨਾਲ ਉਹਨੇ ਸਾਨੂੰ ਕੁੱਟਣਾ ਵੀ ਆ, ਜੋ ਹੋਰ ਵੀ ਸਾਨੂੰ ਤਸੀਹੇ ਵੀ ਦੇਣੇ, ਵੱਧ ਤੋਂ ਵੱਧ ਗਲਤ ਗੱਲਾਂ ਕਰਨੀਆਂ ਸਾਡੇ ਨਾਲ ਹੋਣੀ ਹਮੇਸ਼ਾ ਹੀ। ਹਾਂਜੀ, ਪਰ ਆਪਣੀ ਆਪਣਾ ਫਰਜ਼ ਤਾਂ ਬਣਦਾ ਕਿ ਆਪਾਂ ਕੋਸ਼ਿਸ਼ ਕਰੀਏ ਆਪਣਾ ਆਪਣਾ ਜਿੱਦਾਂ ਰਾਜ ਕਾਇਮ ਕਰਨ ਲਈ, ਉੱਪਰ ਆਉਣ ਲਈ, ਕਿਉਂਕਿ ਆਪਾਂ ਨੂੰ ਤੇ ਇਹ ਆ ਵੀ ਆਪਣੇ ਗੁਰੂਆਂ ਨੇ ਸਿਖਾ ਲਿਆ ਆ ਵੀ ਭਾਣਾ ਮੰਨਣਾ ਚਾਹੀਦਾ ਆ। ਆਪਾਂ ਹਰ ਇੱਕ ਗੱਲ ਲਈ ਕਹਿ ਦਿੰਦੇ ਆ ਵੀ ਕੋਈ ਨੀ, ਭਾਣਾ ਮੰਨਣਾ ਚਾਹੀਦਾ, ਭਾਣਾ ਮੰਨੋ, ਹਨਾ। ਦੇਖੋ ਤੁਸੀਂ ਬੱਚੇ ਮੇਰੇ ਲੱਗਦੇ, ਬੱਚੇ ਬੱਚੀਆਂ ਤੁਸੀਂ ਜੋ ਵੀ ਆ, ਤੇ ਮੈਂ ਆਖਦਾ ਵੀ ਜਦੋਂ ਤੱਕ ਵੀ ਜੇ ਸਿੱਖ ਕੌਮ ਨੇ ਅਣਖਣਾ ਰਹਿਣਾ ਆ ਜਾਂ ਕਿੱਦਾਂ ਆ, ਇਹਨੂੰ ਆਪਣਾ ਘਰ ਬਣਾਉਣਾ ਪੈਣਾ ਆ, ਇਹਦਾ ਆਪਣਾ ਘਰ ਨਹੀਂ ਬਣਦਾ, ਉਦੋਂ ਤੱਕ ਇਹਨਾਂ ਨੇ ਮਾਰ ਖਾਈ ਜਾਣੀ ਉਹ ਅਸੀਂ ਵੇਖ ਲਿਆ। ਹਾਂਜੀ ਹਾਂਜੀ, ਮੈਨੂੰ ਕੋਈ ਵੀ ਸਿੱਖ ਇਸ ਵੇਲੇ ਦੱਸ ਦੇ, ਅਸੀਂ ਦੂਸਰੀ ਗੱਲ ਅਸੀਂ ਸਿੱਖ ਵੰਡੇ ਹੋਏ ਆ, ਸਾਡੇ ਇਸ ਚੀਜ਼ ਨੂੰ ਮੰਨਦੇ ਵੀ ਨੀ, ਮੈਨੂੰ ਇਹ ਸਮਝ ਨੀ ਆਉਂਦੀ ਉਹਨੇ ਦਿਮਾਗ ਚ ਕਿਉਂ ਨੀ ਪੈਂਦਾ ਵੀ ਸਾਨੂੰ ਹਮੇਸ਼ਾ ਤਾਂ ਕੁੱਟ ਪੈਂਦੀ ਆ, ਸਾਡੇ ਜੁੱਤੀਆਂ ਉਹ ਮਾਰਦੇ ਰਹੇ ਅੱਜ ਤਾਈ। ਹਾਂਜੀ, ਸਾਡਾ ਹਰ ਇੱਕ ਚੀਜ਼ ਖੋਲਿਆ। ਹਾਂਜੀ ਸਹੀ ਗੱਲ, ਜਦੋਂ ਵੀ ਕੋਈ ਗੱਲ ਹੁੰਦੀ ਆ ਉਹ ਸਿੱਖ ਤੇ ਕਿਉਂ ਹੁੰਦੀ ਆ, ਬਾਕੀਆਂ ਤੇ ਕਿਉਂ ਨੀ ਹੁੰਦੀ? ਸਾਡਾ ਜੀ ਪਾਣੀ ਖੋਲਿਆ, ਸਾਡੀ ਚੰਡੀਗੜ੍ਹ ਖੋਲੀ, ਸਾਡੀ ਪੰਜਾਬੀ ਬੋਲੀ ਖੋਲੀ। ਹਾਂਜੀ ਜੀ ਜੀ ਜੀ, ਠੀਕ ਆ। ਸਾਡੇ ਉਹ ਜਿਹੜੇ ਅਮਲੀ ਫੀਮੀ ਜਿਹੜੇ ਸਾਡੇ ਬੱਚੇ ਬਣ ਗਏ ਨਾ ਪੰਜਾਬ ਦੇ, ਉਹ ਵੀ ਉਹਨਾਂ ਦੇ ਬਣਾਏ ਗਏ ਆ। ਹਾਂਜੀ, ਉਹਨਾਂ ਦੇ ਬਣਾਏ ਗਏ ਆ ਜੀ, ਸਾਰਾ ਉਹੀ ਜੋ ਵੀ ਨਸ਼ੇ ਚੱਲਦੇ ਆ ਉਹਨਾਂ ਦੀ, ਉਹਨਾਂ ਦੀ ਕਾਢ ਆ ਇਹ ਜੀ। ਉਹਨਾਂ ਦਾ ਏਮ ਆ ਵੀ ਇਹਨਾਂ ਨੂੰ ਕਮਜ਼ੋਰ ਕਰ ਦਈਏ, ਜਦੋਂ ਕੋਈ ਕਮਜ਼ੋਰ ਹੋ ਜਾਂਦੀ ਕੌਮ ਉਸ ਵੇਲੇ ਉਹ ਅਮਲੀ ਫੀਮੀ ਬਣ ਜਾਂਦੀ ਆ। ਜੀ ਜੀ ਜੀ, ਉਹਨਾਂ ਨੂੰ ਰਾਜ ਨਾਲ ਮਤਲਬ ਆ ਜੀ, ਨਾਲੋ ਨਾਲ ਉਹਨਾਂ ਦੀ ਅਣਖ ਮਿਟ ਜਾਂਦੀ ਆ। ਜੀ ਜੀ ਸਹੀ ਗੱਲ ਆ। ਹਾਂਜੀ, ਤੇ ਉਹ ਆਪਣੇ ਮਤਲਬ ਏਮ ਵਿੱਚ ਪੂਰਾ ਹੋ ਰਿਹਾ ਇਸ ਵੇਲੇ। ਸੈਂਟਰ ਜਿਹੜਾ ਸਾਡਾ ਦਿੱਲੀ ਦਾ, ਸਾਡੇ ਦੇਸ਼ ਦਾ ਸੈਂਟਰ ਹੈ, ਉਹ ਆਪਣੇ ਏਮ ਦੇ ਵਿੱਚ ਕਾਮਯਾਬ ਹੋ ਰਿਹਾ ਆ ਜੀ। ਹਾਂਜੀ ਸਹੀ ਗੱਲ ਆ ਜੀ, ਇਹ ਤਾਂ ਸਾਨੂੰ ਸਾਡੀ ਕੌਮ ਨੂੰ ਥੋੜਾ ਇਹੋ ਸੋਚਣਾ ਪਊਗਾ, ਮਤਲਬ ਵੀ ਕੋਈ ਇਹੋ ਜਿਹੀ ਗੱਲ ਉਹਨਾਂ ਥੱਲੇ ਅਸੀਂ ਰਹਿਣਾ, ਜੇ ਰਹਿਣਾ ਤਾਂ ਫਿਰ ਕੁੱਟ ਖਾਂਦੇ ਰਹਿਣਾ ਪੈਣਾ ਹਮੇਸ਼ਾ ਹੀ। ਜੀ ਜੀ, ਜੇ ਕੋਈ ਅਣਖ ਰਹਿਣਾ ਚਾਹੁੰਦੇ ਜਾਂ ਤਾਂ ਕੋਈ ਤਰੀਕਾ ਹਲਾਂ ਕਿਤੇ ਮਾਰਨਾ ਚਾਹੀਦਾ, ਹੌਲੀ ਹੌਲੀ ਇਸ ਪਾਸੇ ਆਪਣਾ ਮਤਲਬ ਆਜ਼ਾਦ ਮਤਲਬ ਹੋਣਾ ਚਾਹੀਦਾ ਜੀ। ਦੇਖੋ ਜੀ, ਕਾਫੀ ਆਪਣੇ ਸਿੱਖ ਯੂਥ ਵਾਲੇ ਜਿਹੜੇ ਕਾਫੀ ਕਰ ਰਹੇ ਆ ਕੋਸ਼ਿਸ਼, ਕੋਈ ਗੱਲ ਨੀ, ਇੱਕ ਦਿਨ ਤੁਸੀਂ ਬਸ ਅਰਦਾਸ ਕਰਿਆ ਕਰੋ, ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਅਰਦਾਸ ਕਰਿਆ ਕਰੋ ਕਿ ਇੱਕ ਦਿਨ ਐਸਾ ਆਊਗਾ ਜਦੋਂ ਆਪਣਾ ਵੀ ਰਾਜ ਦੁਨੀਆ ਤੇ ਹੋਊਗਾ। ਜੀਵੇ ਤਾਂ ਹੁਣ ਵੀ ਆਪਾਂ ਅਣਖ ਨਾਲ ਆ, ਤੇ ਪਰ ਜਿਹੜੀ ਗੱਲ ਹੁੰਦੀ ਆ ਉਹ ਹਮੇਸ਼ਾ ਸਿੱਖਾਂ ਤੇ ਬੀਤਦੀ ਆ, ਕੋਈ ਗੱਲ ਨੀ, ਇਹ ਵੀ ਹੋ ਜੂਗਾ ਜੀ। ਜੀ ਰਾਣੀ, ਥੈਂਕ ਯੂ ਕਾਲ ਕਰਨ ਲਈ। ਹਾਂਜੀ, ਥੈਂਕ ਯੂ ਜੀ ਤੁਹਾਡਾ। ਤੇ ਰਾਣੀ ਜੀ, ਆਪਣੀਆਂ ਲਾਈਨਾਂ ਵੀ ਹਜੇ ਜਗਮਗਾ ਰਹੀਆਂ ਆ, ਤੇ ਆਪਾਂ ਅਗਲਾ ਕਾਲ ਲੈਣੇ ਆ ਜੀ। ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਹਾਂਜੀ, ਕੀ ਹਾਲ ਚਾਲ ਜੀ? ਬਸ ਠੀਕ ਹੈ ਜੀ, ਮੈਂ ਦੋ ਕਲੈਣਾ ਸੁਣਾਉਣੀਆਂ ਤੁਹਾਨੂੰ। ਜਰੂਰ ਜੀ। ਸਾਡੇ ਸਿੱਖ ਤੇ ਆਸ ਦੇ ਪੰਨਿਆਂ ਤੇ, ਸਾਡੇ ਖੂਨ ਦੇ ਮੁੱਲ ਇੰਨੇ ਸਸਤੇ, ਸਾਡੇ ਟਕੇ ਟਕੇ ਨੂੰ ਸਿਰ ਜਾ ਵਿਕੇ, ਪੀਣ ਜੋਗੇ ਬਣਾਇਆ ਤੇ ਸਾਨੂੰ ਖਾਲਸੇ ਨੇ, ਸਾਡਾ ਹਰ ਹੱਕ ਦਵਾਇਆ ਤੇ ਖਾਲਸੇ ਨੇ, ਸਾਡੇ ਸਿਰ ਤੋਂ ਚੁੰਨੀਆਂ ਲੱਠੀਆਂ ਤੇ ਦਵਾਈਆਂ ਖਾਲਸੇ ਨੇ, ਨੀ ਦਿੱਲੀ ਏ ਪੰਜਾਬ ਲੁੱਟੇਂਗੀ, ਨੀ ਦਿੱਲੀ ਏ ਪੰਜਾਬ ਲੁੱਟੇਂਗੀ, ਗੱਲ ਪਾਣੀਆਂ ਦੀ ਛੇੜ ਨਾ ਦਵਾਰੇ, ਨੀ ਦਿੱਲੀ ਏ ਪੰਜਾਬ ਲੁੱਟੇਂਗੀ, ਨਹੀਂ ਅਜੇ ਤੱਕ ਭੁੱਲੇ ਮਾਵਾਂ ਨੂੰ ਪੁੱਤ, ਟੈਰ ਪਾ ਕੇ ਗਾਲਾਂ ਵਿੱਚ ਸਾੜੇ, ਨੀ ਦਿੱਲੀ ਏ ਪੰਜਾਬ ਲੁੱਟੇਂਗੀ, ਮਾਪੇ ਵੀਰਾਂ ਸਾਹਮਣੇ ਲੱਗੇ ਅੱਲੜਨ ਦਾਗ ਸੀ, ਮਾਪਿਆਂ ਦੇ ਸਾਹਮਣੇ ਉਜੜੇ ਸਵਾਗ ਸੀ, ਗੱਲ ਪਾਣੀਆਂ ਦੀ ਛੇੜ ਨਾ ਦਵਾਰੇ, ਨੀ ਦਿੱਲੀ ਏ ਪੰਜਾਬ ਲੁੱਟੇਂਗੀ, ਨੀ ਦਿੱਲੀ ਏ ਪੰਜਾਬ ਲੁੱਟੇਂਗੀ, ਨਹੀਂ ਅਜੇ ਤੱਕ ਭੁੱਲੇ ਮਾਵਾਂ ਨੂੰ ਪੁੱਤ, ਜੰਡਾ ਨਾਲ ਬੰਨ ਕੇ ਤੂੰ ਮਾਰੇ, ਨੀ ਦਿੱਲੀ ਏ ਪੰਜਾਬ ਲੁੱਟੇਂਗੀ, ਗੱਲ ਪਾਣੀਆਂ ਦੀ ਛੇੜ ਨਾ ਦਵਾਰੇ, ਨੀ ਅਗਲੇ ਕਾਲਰ ਲੈਣ ਤੋਂ ਪਹਿਲਾਂ ਆਪਾਂ ਇੱਕ ਸੂਚਨਾ ਹੈਗੇ, ਗੁਰਦੁਆਰਾ ਫਰੀਮੌਂਟ ਸਾਹਿਬ ਵਿਖੇ ਅੱਜ ਸ਼ਾਮ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ, ਕੈਂਡਲ ਵਿਜ਼ਿਟ ਕਰਕੇ ਮੋਮਬੱਤੀਆਂ ਜਗਾਈਆਂ ਜਾਣਗੀਆਂ, ਤੇ ਪਰ ਅਸੀਂ ਇਹ ਵੀ ਰਿਕੁਐਸਟ ਕਰਦੇ ਆ ਕਿ ਜੇ ਦੇਸੀ ਘੇ ਦੇ ਲੋਕੀ ਦੇਸੀ ਘੇ ਦੇ ਦੀਵੇ ਲੈ ਕੇ ਜਾਣ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਆ ਸ਼ਾਮ ਨੂੰ ਅੱਜ,
ਤੇ ਬਹੁਤ ਚੰਗੀ ਗੱਲ ਹੋਊਗੀ ਅੱਜ ਸ਼ਾਮ 6 to 8 PM ਫ੍ਰੀ ਮਾਊਂਟ ਗੁਰਦੁਆਰਾ ਸਾਹਿਬ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਦਿੱਤੀ ਜਾਊਗੀ ਤੇ ਰਿਕੁਐਸਟ ਕਰਦੇ ਜੀ ਜ਼ਰੂਰ ਹੁਮ ਹੁਮ ਆ ਕੇ ਸਾਰੇ ਪਹੁੰਚੋ ਇਹ ਸ਼ਹੀਦ ਸਾਹਿਬ ਦੇ ਸਾਂਝੇ ਆ ਕਿਸੇ ਇੱਕ ਦੇ ਨਹੀਂ ਜੀ ਤੇ ਆਪਾਂ ਹੁਣ ਲੈਣੇ ਰਾਣੀ ਜੀ ਅਗਲੇ ਕਾਲਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੱਥੋਂ ਕਾਲ ਕਰਦੇ ਜੀ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰੋ ਜੀ ਆਪਣੇ ਰੇਡੀਓ ਦੀ ਪਹਿਲਾਂ ਆਵਾਜ਼ ਘੱਟ ਕਰਕੇ ਤੇ ਫੇਰ ਗੱਲ ਕਰੋ ਹਾਂਜੀ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰੋ ਨਹੀਂ ਤਾਂ ਤੁਹਾਡੀ ਜੀ ਰਾਣੀ ਜੀ ਆਪੇ ਸੁਣੀ ਜਾਣੀ ਰਾਣੀ ਜੀ ਉਹਨਾਂ ਦੀ ਲਾਈਨ ਡ੍ਰੌਪ ਹੋ ਗਈ ਆ ਕਿਉਂਕਿ ਉਹ ਰੇਡੀਓ ਤੇ ਸੁਣ ਰਹੇ ਆ ਤੇ ਆਪਾਂ ਲੈਣੇ ਜੀ ਅਗਲੇ ਕਾਲਰ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਕਾਲ ਕਰਦੇ ਜੀ ਜਸਵਿੰਦਰ ਰਾਣੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਹਾਂ ਮਿਹਰਬਾਨੀ ਹਾਲ ਚਾਲ ਵਧੀਆ ਤੇ ਜਿਹੜਾ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਆਪਣੇ ਕਿਸੇ ਕੋਲੋਂ ਗੁੱਜਿਆ ਤਾਂ ਹੈ ਨੀ ਗਾ ਸਦੀਆਂ ਆਪਣੇ ਦਹਾਕੇ ਬੀਤ ਗਏ ਆ ਇਹਦੇ ਬਾਰੇ ਗੱਲਾਂ ਕਰਦੇ ਆ ਹਾਂਜੀ ਹੁਣ ਇਹਦੇ ਬਾਰੇ ਜਿਸ ਤਰ੍ਹਾਂ ਆਪਣੇ ਕੁਝ ਕਾਲਰ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ ਹੈਗੀਆਂ ਆ ਵੀ ਸਾਨੂੰ ਇਹਦੇ ਬਾਰੇ ਸੋਚਣਾ ਗੱਲਾਂ ਕਰਨ ਛੱਡਣੀ ਚਾਹੀਦੀਆਂ ਇਹਦੇ ਬਾਰੇ ਸੋਚਣਾ ਪੈਣਾ ਵੀ ਸਾਨੂੰ ਕੀ ਕਰਨਾ ਚਾਹੀਦਾ ਸਿੱਖਾਂ ਨੇ ਕੀ ਕਰਨਾ ਚਾਹੀਦਾ ਰਹਿਣਾ ਕਿ ਜਾਂ ਅਣਖਣਾ ਜੀਣਾ ਜਾਂ ਕਿਸ ਤਰ੍ਹਾਂ ਕਰਨਾ ਜਾਂ ਤੁਸੀਂ ਹਨਾ ਤੇ ਇਹਦੇ ਵਿੱਚ ਕਸੂਰ ਜਿਹੜਾ ਆਪਣੇ ਇਹ ਬਹੁਤ ਸਾਰਾ ਆਪਣਿਆਂ ਦਾ ਹੀ ਆ ਜ਼ਿਆਦਾ ਜੀ ਜੀ ਹਾਂਜੀ ਹਾਂ ਤੇ ਉਸ ਵੇਲੇ ਵੀ ਸੀਗਾ ਆਪਣਿਆਂ ਦਾ ਤੇ ਹੁਣ ਵੀ ਆਪਣੇ ਵਿੱਚ ਜਿਹੜਾ ਉਹ ਡਬਲ ਰੋਲ ਅਦਾ ਕਰ ਰਹੇ ਹੈਗੇ ਆ ਹਾਂਜੀ ਤਾਂ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਪੇਪਰਾਂ ਦੇ ਨਾ ਵਿੱਚ ਕੁਛ ਸਾਡੇ ਬੰਦੇ ਜਿਹੜੇ ਸਿੱਖ ਹੈਗੇ ਆ ਚਿੰਤਕ ਜਿਹੜੇ ਆ ਉਹਨਾਂ ਨੇ ਕਿਤਾਬਾਂ ਲਿਖੀਆਂ ਆਪਣੇ ਇਹ ਆਪਣੀ ਸਿੱਖੀ ਦੇ ਬਾਰੇ ਆਪਣੇ 84 ਦੇ ਬਾਰੇ ਹੋਰ ਬਹੁਤ ਸਾਰੇ ਉਹਦੇ ਵਿੱਚ ਇੱਕ ਪੇਪਰ ਇੱਕ ਨਿਕਲਦਾ ਮੈਂ ਨਾਂ ਤਾਂ ਲੈਣਾ ਨੀ ਚਾਹੁੰਦਾ ਕਿਸੇ ਸੰਪਾਦਕ ਦਾ ਉਹਦੇ ਵਿੱਚ ਰਾਣੀ ਜੀ ਵੀ ਉਹ ਨਾ ਇਹ ਸਾਰੇ ਖਿਲਾਫ ਉਸ ਬੰਦੇ ਦੇ ਲਿਖੀ ਜਾਂਦੇ ਆ ਵੀ ਉਹ ਬੰਦਾ ਗਲਤ ਆ ਜੀ ਅਸੀਂ ਆਹ ਠੀਕ ਆ ਉਹ ਗਲਤ ਆ ਸਾਨੂੰ ਸਭ ਕੁਝ ਭੁੱਲ ਜਾਣਾ ਚਾਹੀਦਾ ਆ ਸਾਡਾ ਕਸੂਰ ਆਹ ਆ ਏਦਾਂ ਕਰਦਾ ਆ ਉਹ ਇਹਦੇ ਚ ਮੈਂ ਵੀ ਫੇਰ ਲਿਖ ਕੇ ਨਾ ਜਵਾਬ ਲਿਖਦਾ ਪੇਪਰ ਵਾਲਿਆਂ ਨੂੰ ਤੇ ਉਹ ਬੰਦਾ ਕਦੀ ਨੀ ਮੇਰਾ ਸ਼ਬਦ ਆ ਉਹਦੇ ਦੇ ਖਿਲਾਫ ਲਿਖਦਾ ਨਾ ਮੈਂ ਜਦੋਂ ਉਹ ਬੰਦਾ ਕਦੀ ਨੀ ਲਿਖਦਾ ਉਹ ਹੁਣ ਮੈਂ ਨਾ ਥੋੜਾ ਜਿਹਾ ਲਿਖ ਕੇ ਭੇਜਿਆ ਸੀਗਾ ਤੇ ਮੈਂ ਉਹ ਤੁਹਾਨੂੰ ਦੱਸਦਾ ਵੀ ਉਹ ਕਦੀ ਛਾਪਦਾ ਨੀਗਾ ਤੇ ਉਹਦੇ ਬਾਰੇ ਮੈਂ ਤੁਹਾਨੂੰ ਲਾਈਨਾਂ ਗੁਰੂ ਲਿਖੀਆਂ ਜਿਹੜੀਆਂ ਨੇ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਾਂ ਜੀ ਜ਼ਰੂਰ ਜੀ ਤੇ ਪਰ ਤੁਸੀਂ ਕਿਸੇ ਹੋਰ ਪੇਪਰ ਨੂੰ ਭੇਜ ਦਿਆ ਕਰੋ ਉਸ ਪੇਪਰ ਨੂੰ ਭੇਜੋ ਹੀ ਨਾ ਹਾਂ ਫਿਰ ਮੈਂ ਉਹ ਭੇਜਦਾ ਫਿਰ ਉਹ ਵੀ ਉਹ ਫਿਰ ਛਾਪ ਦਿੰਦੇ ਮੇਰਾ ਮਤਲਬ ਕਹਿੰਦਾ ਵੀ ਉਹ ਛਾਪ ਦਿੰਦੇ ਆ ਲੇਕਿਨ ਉਹ ਬੰਦਾ ਜਿਹੜਾ ਉਹ ਨੀ ਛਾਪਦਾ ਮੈਂ ਕਹਿੰਦਾ ਮਤਲਬ ਵੀ ਆਪਣੇ ਜਿਹੜੇ ਆਪਣੇ ਉਹ ਇਹ ਸਭ ਕੁਝ ਕਸੂਏ ਜਿੱਦਾਂ ਆਪਣੇ ਉਹੀ ਅਸੀਂ ਗੱਲ ਕਰਦੇ ਵੀ ਘਰ ਦਾ ਭੇਤੀ ਲੰਕਾ ਢਾਈ ਵਾਲੀ ਗੱਲ ਆ ਵਿੱਚੋਂ ਆਪਣੇ ਹੀ ਹੁੰਦੇ ਆ ਹਾਂਜੀ ਜਿੱਦਾਂ ਇੱਕ ਸ਼ੇਰ ਵੀ ਹੈਗਾ ਆ ਗੈਰੋਂ ਕਾ ਕਿਆ ਕਹਿਣਾ ਗੈਰੋਂ ਕਾ ਕਿਆ ਕਹਿਣਾ ਸਾਹਮਣੇ ਤੋਂ ਆਪਣੇ ਵੀ ਜਮਾਏ ਹੈ ਜੀ ਜੀ ਲੋਕ ਜ਼ਖਮ ਕਾਂਟੋਂ ਸੇ ਜ਼ਖਮ ਖਾਤੇ ਹੈ ਆਪਣੇ ਤਾਂ ਹਮਨੇ ਤਾਂ ਆਪਣੇ ਫੂਲੋਂ ਸੇ ਖਾਏ ਹੈ ਜੀ ਜੀ ਤੇ ਇਹਦੇ ਸੰਬੰਧ ਚ ਮੈਂ ਵੀ ਕਾਫੀ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਕਾਲ ਕਰਦੇ ਆ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਕਾਲ ਕਰਦੇ ਆ ਮੈਂ ਜੀ ਯੂਨੀਅਨ ਸਿਟੀ ਤੋਂ ਕਰਦਾ ਜੀ ਹਾਂਜੀ ਕੀ ਸਾਂਝਾ ਕਰੋਗੇ ਸਾਡੇ ਨਾਲ ਗੱਲਾਂ ਤਾਂ ਜੀ ਬਹੁਤ ਜ਼ਿਆਦਾ ਨੇ ਟਾਈਮ ਆਪਣੇ ਕੋਲ ਘੱਟ ਹੈਗਾ ਮੈਂ ਤਾਂ ਇੱਥੋਂ ਹੀ ਸ਼ੁਰੂ ਕਰਦਾ ਕਿ ਭੁੱਲਰ ਸਾਹਿਬ ਨੂੰ ਫਾਂਸੀ ਤੋਂ ਪਹਿਲਾਂ ਜਦੋਂ ਪੰਜਾਬ ਜੇਲ੍ਹ ਤਬਦੀਲ ਕਰਨ ਦੀ ਗੱਲ ਹੋਈ ਸੀ ਜੀ ਜੀ ਪੰਜਾਬ ਸਰਕਾਰ ਨੇ ਪਹਿਲਾਂ ਰੋਕਤਾ ਸੀਗਾ ਕਿ ਨਹੀਂ ਜੀ ਇੱਥੇ ਨਾ ਕਰੋ ਕਿਉਂਕਿ ਇੱਥੇ ਮਾਹੌਲ ਖਰਾਬ ਹੋ ਜਾਣਾ ਜਦੋਂ ਕਿ ਆਪਣੀ ਸਿੱਖ ਗਵਰਨਮੈਂਟ ਉੱਥੇ ਹੈਗੀ ਆ ਸਾਰੇ ਸਿੱਖ ਵਜ਼ੀਰ ਨੇ ਆਪਾਂ ਉਹਨੂੰ ਖਾਲਸਾ ਗਵਰਨਮੈਂਟ ਵੀ ਕਹਿੰਦੇ ਆ ਸਰਦਾਰਾਂ ਦੀ ਆ ਜੀ ਜੀ ਔਰ ਇਸੇ ਸਰਕਾਰ ਨੇ ਹੁਣ ਭੁੱਲਰ ਦੀ ਫਾਂਸੀ ਰੋਕਣ ਲਈ ਵੀ ਅਪੀਲ ਕੀਤੀ ਹੈ ਕਿ ਜੇ ਉਹਨੂੰ ਫਾਂਸੀ ਨਾ ਦਿੱਤੀ ਜਾਵੇ ਅਸੀਂ ਕਿਹੜੀ ਗੱਲ ਨੂੰ ਸਹੀ ਸਮਝੀਏ ਤੇ ਉਹੀ ਪੰਜਾਬ ਗਵਰਨਮੈਂਟ ਦੀਆਂ ਜੇਲ੍ਹਾਂ ਚ ਹਜ਼ਾਰਾਂ ਨੌਜਵਾਨ ਜਿਨ੍ਹਾਂ ਦੇ ਕੋਈ ਕੇਸ ਨੀ ਹੈਗੇ ਜੇਲ੍ਹਾਂ ਚ ਬੰਦ ਨੇ ਜੀ ਜੀ ਉਹਨਾਂ ਨੂੰ ਕੋਈ ਵੀ ਕੇਸ ਨੀ ਹੈਗਾ ਤਾਂ ਉਹਨਾਂ ਨੂੰ ਅੰਦਰ ਰੱਖਿਆ ਹੋਇਆ ਕਈਆਂ ਦੀ ਸਜ਼ਾ ਮਾਫ ਖਤਮ ਹੋ ਚੁੱਕੀ ਆ ਉਹਨਾਂ ਨੂੰ ਵੀ ਹਾਲੇ ਉੱਥੇ ਰੱਖਿਆ ਹੋਇਆ ਜੀ ਜੀ ਇਹਨੂੰ ਅਸੀਂ ਕਿਵੇਂ ਕਹੀਏ ਕਿ ਇਕੱਲੇ ਉਹ ਕਰਦੇ ਨੇ ਸਾਡੇ ਆਪਣੇ ਵੀ ਇਸ ਗੱਲ ਦੇ ਵਿੱਚ ਹੈਗੇ ਨੇ ਜੇ ਉਹ ਵੀ ਸਹੀ ਹੋਣ ਸਾਡੇ ਨਾਲ ਬਹੁਤਾ ਕੁਛ ਹੋਵੇ ਵੀ ਨਾ ਔਰ ਪੱਗਾਂ ਲੈਂਦੀਆਂ ਨੇ ਜਦੋਂ ਕਿ ਸਾਨੂੰ ਬਾਹਰ ਫਰਾਂਸ ਵਗੈਰਾ ਤੇ ਇੱਥੇ ਵੀ ਪੱਗਾਂ ਦੀ ਕੋਈ ਬਹੁਤੀ ਹੈ ਨੀ ਗੀ ਇਜਾਜ਼ਤ ਜਿੱਦਾਂ ਏਅਰਪੋਰਟਾਂ ਤੇ ਸਾਡੀਆਂ ਤਲਾਸ਼ੀਆਂ ਲੈਂਦੇ ਸਾਡਾ ਸਰਦਾਰ ਪ੍ਰਧਾਨ ਮੰਤਰੀ ਹੋਵੇ ਆਹ ਗੱਲਾਂ ਹੋਣ ਫਿਰ ਸਭ ਤੋਂ ਵੱਡੀ ਮੈਂ ਗੱਲ ਤੁਹਾਨੂੰ ਇਹ ਕਹਿਣੀ ਚਾਹਾਂਗਾ ਹੈਲੋ ਹਾਂਜੀ ਹਾਂਜੀ ਸੁਣਦੇ ਹਾਂ ਜੀ ਹਾਂਜੀ ਜਦੋਂ ਇੱਥੇ ਸਾਡੇ ਉਹ ਲੀਡਰ ਦਿੱਲੀ ਦੇ ਜਦੋਂ ਆਉਂਦੇ ਨੇ ਇੱਥੇ ਏਅਰਪੋਰਟਾਂ ਤੇ
ਅਖਬਾਰਾਂ ਪੜ੍ਹੀ ਦੀਆਂ ਨੇ ਵੱਡੀ ਵੱਡੀਆਂ ਖਬਰਾਂ ਜੀ, ਉਹਨਾਂ ਨੂੰ ਵੈਲਕਮ ਕੀਤਾ ਉੱਥੇ ਜਾ ਕੇ, ਉਹਨਾਂ ਦੇ ਫੁੱਲਾਂ ਦੇ ਹਾਰ ਪਾ ਕੇ ਲਿਆਂਦੇ ਜੀ, ਬਹੁਤ ਸਵਾਗਤ ਕਰਦੇ ਆ ਜੀ ਉਹਨਾਂ ਦਾ। ਹਾਂਜੀ, ਵੱਡੀਆਂ ਵੱਡੀਆਂ ਪਾਰਟੀਆਂ ਕਰਦੇ ਆ, ਇਕੱਠ ਕਰਦੇ ਆ, ਕਿਉਂ ਕਰਦੇ ਆ, ਉਹਦੇ ਚ ਕੌਣ ਹੁੰਦੇ ਨੇ? ਸਾਡੇ ਬੰਦੇ ਸਭ ਤੋਂ ਸਰਦਾਰ ਜਿਆਦਾ ਹੁੰਦੇ ਨੇ। ਲਾਉਂਦੇ ਨੇ ਜੀ, ਫਲਾਣੇ ਸਾਹਿਬ ਆਏ ਨੇ ਉਹਨਾਂ ਨਾਲ, ਆਹ ਦੇਖੋ ਜੀ ਅੱਜ ਫਲਾਣੇ ਹੋਟਲ ਚ ਫਲਾਣੇ ਥਾਂ ਇੱਕ ਮੀਟਿੰਗ ਕੀਤੀ ਜੀ, ਉਹਨਾਂ ਨੂੰ ਆਹ ਕੀਤਾ। ਇਹ ਫਿਰ ਉਹਨਾਂ ਨੂੰ ਤੁਸੀਂ ਸ਼ਾਬਾਸ਼ ਦਿੰਦੇ ਹੋ ਆਇਆਂ ਨੂੰ, ਫਿਰ ਤੁਸੀਂ ਉਹਨਾਂ ਤੋਂ ਇਨਸਾਫ ਕਿੱਥੇ ਮੰਗਦੇ ਹੋ? ਜੀ ਸਹੀ ਗੱਲ ਆ, ਹਾਂਜੀ 100%। ਜਦੋਂ ਤੁਸੀਂ ਉਹਨਾਂ ਨੂੰ ਆਇਆਂ ਨੂੰ ਵੈਲਕਮ ਨਾ ਕਰੋ, ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਓ ਵੜਨਾ, ਤੇ ਉਹਨਾਂ ਨੂੰ ਪਤਾ ਲੱਗੇ ਕਿ ਤੁਹਾਡੇ ਤੇ ਰੋਸ ਹੈ। ਜਦੋਂ ਤੁਸੀਂ ਆਇਆਂ ਨੂੰ ਉੱਥੇ ਘਰਾਂ ਚ ਲਿਆ ਕੇ ਚੈੱਕ ਦੇਣੇ ਆ, ਉਹਨਾਂ ਨੂੰ ਤੁਸੀਂ ਪਾਰਟੀਆਂ ਕਰਨੀਆਂ, ਲੋਕਾਂ ਨੂੰ ਇਕੱਠੇ ਕਰਨਾ, ਉਹਨਾਂ ਨੂੰ ਲੱਗਦਾ ਕਿ ਤੁਸੀਂ ਸਾਡੇ ਨਾਲ ਹੋ, ਭੁੱਲਰ ਨੂੰ ਦੀ ਫਾਂਸੀ ਨੂੰ ਕੌਣ ਰੋਕੂਗਾ? ਹਾਂਜੀ ਹਾਂਜੀ ਸਹੀ ਗੱਲ ਹੈ। ਬਾਕੀ ਸਾਡੇ ਬੰਦੇ ਕਹੀ ਜਾਂਦੇ ਨੇ ਜੀ ਭੁੱਲਰ ਦੀ ਫਾਂਸੀ ਮਾਫ਼ ਹੋ ਜਾਣੀ, ਇਹਨਾਂ ਨੂੰ ਪੁੱਛੇ ਵੀ ਜੇ ਭੁੱਲਰ ਦੀ ਫਾਂਸੀ ਮਾਫ਼ ਹੋ ਜਾਣੀ ਹੈ ਤੇ ਭੁੱਲਰ ਨੂੰ ਫਾਂਸੀ ਦਿੱਤੀ ਕਿਉਂ ਉਹਨਾਂ ਨੇ? ਜੀ ਸਹੀ ਗੱਲ ਹੈ, ਹਾਂਜੀ। ਡਰਾਮਿਆਂ ਦੀ ਗੱਲ ਕਰਦੇ, ਇਹ ਇੱਦਾਂ ਗੱਲਾਂ ਕਰਦੇ ਜਿੱਦਾਂ ਰਾਸ਼ਟਰਪਤੀ ਦੇ ਕੋਲ ਬੈਠੇ ਹੁੰਦੇ ਆ। ਤੁਹਾਨੂੰ ਪੱਕਾ ਪਤਾ ਕਿ ਮਾਫ਼ ਕਰ ਦੇਣੀ ਉਹਨਾਂ ਨੇ? ਉਹ ਤੁਹਾਡੇ ਖਿਲਾਫ਼ ਨੇ, ਤੁਹਾਡੇ ਹਜ਼ਾਰਾਂ ਬੰਦਿਆਂ ਨੂੰ ਉਹਨਾਂ ਨੇ ਲੱਖਾਂ ਨੂੰ ਮਾਰਤਾ ਆ, ਦਿੱਲੀ ਦੇ ਵਿੱਚ, ਪੰਜਾਬ 'ਚ ਤੁਹਾਡੇ ਤੇ ਚਲਾਤਾ ਇੰਨਾ ਕੁਛ, ਕਿਉਂ ਸਾਡੇ ਲੋਕ ਇੱਦਾਂ ਦੀ ਰਲਵੇਂ ਮਿਲਵੇਂ ਗੱਲਾਂ ਕਰਦੇ ਨੇ? ਹਾਂਜੀ ਹਾਂਜੀ ਸਹੀ ਗੱਲ ਹੈ ਜੀ। ਤੁਹਾਨੂੰ ਤਾਂ ਇੱਕ ਉਹਨਾਂ ਨੇ ਰਬੜ ਦੀ ਮੋਹਰ ਬਣਾ ਕੇ ਰੱਖਿਆ ਆ, ਜੇ ਪ੍ਰਧਾਨ ਮੰਤਰੀ ਆ ਉਹ ਵੀ ਰਬੜ ਦੀ ਮੋਹਰ ਆ, ਉਹਦੇ ਕੋਲ ਵਿਚਾਰੇ ਦੇ ਕੁਛ ਨੀ ਗਾ। ਉਹ ਤੇ ਕਿਵੇਂ ਦਿਖਾਵਾ ਕੀਤਾ ਵੀ ਸਾਡੇ ਕੋਲ ਸਰਦਾਰ ਆ, ਦੇਖੋ ਜੀ ਸਰਦਾਰਾਂ ਨੂੰ ਅਸੀਂ ਕੁਛ ਨੀ ਕਹਿੰਦੇ ਜੀ, ਉਹੀ ਤਾਂ ਗੱਲ, ਉਹ ਖਾਲੀ ਥਾਂ ਭਰੀ ਹੋਈ ਆ ਜੀ ਇੱਕ। ਹਾਂਜੀ, ਬਾਹਰਲੇ ਲੋਕਾਂ ਨੂੰ, ਸਰਕਾਰਾਂ ਨੂੰ ਦਿਖਾਉਣ ਵਾਸਤੇ ਡਰਾਮਾ ਕੀਤਾ ਕਿ ਸਾਡੇ ਕੋਲ ਸਰਦਾਰ ਪ੍ਰਧਾਨ ਮੰਤਰੀ ਆ, ਉਹਨੂੰ ਵਰਤਦੇ ਨੇ ਉਹ, ਤੇ ਬਾਕੀ ਤਾਂ ਗੱਲ ਕੁਛ ਵੀ ਨੀ ਹੈਗੀ। ਜੀ ਜੀ ਸਹੀ ਗੱਲ, ਹਾਂਜੀ ਹਾਂਜੀ ਫੋਟੋ ਲਗਵਾਉਣ ਲਈ ਇੰਨੀ ਉਹਦੀ ਸੇਵਾ ਕੀਤੀ ਜਾਂਦੀ ਆ। ਆਪਾਂ ਲੈਣੇ ਜੀ ਅਗਲੇ ਕਾਲਰ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਗੁਰਫਤਿਹ ਜੀ। ਗੁਰਫਤਿਹ ਜੀ, ਗੁਰਫਤਿਹ ਜੀ ਕੀ ਹਾਲ ਚਾਲ ਜੀ? ਹਾਂਜੀ ਰਾਣੀ ਜੀ। ਹਾਂਜੀ, ਬੜੇ ਦਿਨਾਂ ਬਾਅਦ ਤੁਸੀਂ ਕਾਲ ਕੀਤੀ ਆ। ਮੈਂ ਕਿਹਾ ਪੰਜੇ ਬਾਪੂ ਦੀ ਸ਼ਹੀਦੀ ਦੇ। ਹਾਂਜੀ, ਉਹ ਆਪਾਂ ਬੁੱਧਵਾਰ ਨੂੰ ਕਰਾਂਗੇ ਜੀ। ਅੱਜ ਦਿਨ ਅੱਜ ਆ ਸਰ ਉਹਨਾਂ ਦਾ ਦਿਨ? ਹਾਂਜੀ, ਪਰ ਬੁੱਧਵਾਰ ਨੂੰ ਅੱਜ ਆਪਾਂ ਕਰ ਰਹੇ ਹਾਂ, ਜਿਹੜੇ 84 ਦੇ ਵਿੱਚ ਜੋ ਕੁਛ ਵੀ ਆਪਣੇ ਸਿੱਖਾਂ ਨਾਲ ਹੋਇਆ ਸੀ, ਨਾਲੇ ਸ਼ਹੀਦਾਂ ਜਿਹੜੇ ਹੋਏ ਆਪਣੇ ਭੈਣ ਭਾਈ 84 ਦੇ ਘੱਲੂ ਕਰ ਰਹੇ, ਉਹਨਾਂ ਨੂੰ ਵੀ ਅਸੀਂ ਸ਼ਰਧਾਂਜਲੀ। ਹਾਂਜੀ ਉਹਨਾਂ ਨੂੰ, ਹਾਂਜੀ ਥੈਂਕ ਯੂ ਜੀ। ਹਾਂਜੀ ਪ੍ਰਣਾਮ ਭੇਟ ਕਰਦੇ ਹਾਂ, ਔਰ ਤੁਹਾਡੀ ਦੋਹਾਂ ਦੀ ਲੰਮੀ ਉਮਰ। ਥੈਂਕ ਯੂ ਜੀ। ਥੈਂਕ ਯੂ ਜੀ। ਓਕੇ ਜੀ। ਬਲਵਿੰਦਰ ਜੀ, ਟਾਈਮ ਵੀ ਆਪਣਾ ਆਲਮੋਸਟ ਹੁਣ ਤਾਂ 6 ਮਿੰਟ ਉੱਤੇ ਹੋ ਗਏ। ਆਪਾਂ ਲੈ ਰਹੇ ਜੀ ਆਪਣੇ ਲਾਸਟ ਕਾਲਰ, ਜਿਹਨਾਂ ਨੇ ਬਹੁਤ ਦੇਰ ਤੋਂ ਹੋਲਡ ਕੀਤਾ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਬਨਜੀਤ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਕੀ ਹਾਲ ਚਾਲ ਆ ਤੁਹਾਡਾ? ਠੀਕ ਹੈ ਜੀ, ਤੁਸੀਂ ਸੁਣਾਓ, ਕੀ ਸੁਣਾਓਗੇ? ਅਸੀਂ ਵੀ ਠੀਕ ਆ, ਅਸੀਂ ਕੁਛ ਨੀ ਫਰਾਉਣਾ, ਆਪ ਤਾਂ ਤੁਹਾਨੂੰ ਗੁਰਫਤਿਹ ਬੁਲਾਉਣੀ ਆ। ਸੇਵ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ ਜੀ, ਪ੍ਰਣਾਮ ਸ਼ਹੀਦਾਂ। ਥੈਂਕ ਯੂ ਜੀ, ਸੋਹਣਾ ਸੀਗਾ ਤੁਹਾਡਾ ਜੀ। ਹਾਂਜੀ, ਟਾਈਮ ਹੋ ਗਿਆ। ਥੈਂਕ ਯੂ ਜੀ। ਹਾਂਜੀ, ਅੱਛਾ ਜੀ, ਜੀ ਆਪਣੇ ਬਾਪੂ ਆ ਜੀ ਨੇ ਕੁਛ ਨੀ ਆਪਣੇ ਨਾਲ ਉਹ ਜੀ ਕਰਨਾ ਸੀਗੀ, ਆਪਾਂ ਵੀ ਕੁਛ ਨੀ ਕਰ ਸਕੇ ਕਿਉਂਕਿ ਆਪਾਂ ਵੀ ਕੁਛ ਖਾਸ ਬੋਲ ਨੀ ਸਕੇ, ਕਿਉਂਕਿ ਇਹ ਟਾਈਮ ਹੁੰਦਾ ਜਿਹੜਾ ਸਰੋਤਿਆਂ ਦਾ ਹੁੰਦਾ ਆ। ਤੇ ਲਓ ਜੀ ਭੂਆ ਜੀ, ਹੁਣ ਤੁਸੀਂ ਆਪਣੇ ਕੁਛ ਬੋਲੋ ਤੇ ਛੇਤੀ ਛੇਤੀ ਇਹਨੂੰ ਨਿਬੇੜਨ ਦੀ ਕੋਸ਼ਿਸ਼ ਕਰਿਓ, ਛੇਤੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਿਵੇਂ ਮੈਂ ਸਾਰਿਆਂ ਦੀਆਂ ਗੱਲਾਂ ਸੁਣੀਆਂ, ਜੇ ਅਸੀਂ ਸਿੱਖ ਇੱਕੋ ਹੀ ਦਰਖਤ ਥੱਲੇ ਖੜੇ ਹੋਈਏ ਤੇ ਸਾਨੂੰ ਕੋਈ ਕਦੀ ਕੁਛ ਨੀ ਕਰ ਸਕਦਾ। ਸਾਨੂੰ ਇੱਕ ਮੁਹਾਵਰਾ ਹੈ, ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੀ ਨਾ ਹਾਰ। ਜੀ ਸਹੀ ਗੱਲ ਹੈ। ਸੰਤ ਜਰਨੈਲ ਸਿੰਘ ਭੁੰਡਰਾਂਵਾਲੇ ਬੋਲਦੇ ਹੁੰਦੇ ਸੀ, ਸਿੱਖਾਂ ਕਦੀ ਮੁੱਕਣਾ ਨਹੀਂ, ਸਿੱਖਾਂ ਕਦੀ ਝੁਕਣਾ ਨਹੀਂ। ਸਾਡੇ ਰਗ ਵਿੱਚ ਕਲਗੀ ਧਰ ਦਾ ਖੂਨ ਆ, ਤੇ ਇਹ ਸਦਾ ਖੂਨ ਜਿਹੜਾ ਉਬਾਲੇ ਖਾਂਦਾ ਰਹੂਗਾ, ਤੇ ਸਾਨੂੰ ਕੋਈ ਕੌਮਾਂ ਮਿਟ ਜਾਂਦੀਆਂ ਸਾਨੂੰ ਮਕਾਉਂਦਿਆਂ ਨੂੰ, ਪਰ ਅਸੀਂ ਕਦੀ ਮੁੱਕਣਾ ਨਹੀਂ। 1984 ਦੇ ਦੰਗਿਆਂ ਦੀ ਘੱਲੂਘਾਰੇ ਦੀ ਮੈਂ ਗੱਲ ਕਰਨ ਲੱਗੀ ਆ, ਜਿਹੜਾ ਮੈਂ 31 ਮਈ ਦੇ ਉੱਤੋਂ ਲੈ ਕੇ 15-16 ਜੂਨ ਤੱਕ ਜੋ ਵੀ ਕੁਛ ਉੱਥੇ ਵਾਪਰਿਆ ਉਹ ਮੇਰੀ ਅੱਖੀਂ ਡਿੱਠਾ ਹਾਲ ਆ। ਉਹ ਕਦੀ ਵੀ ਜ਼ਖਮ ਮੇਰਾ ਇਸ ਜ਼ਿੰਦਗੀ ਚ ਭਰਨਾ ਨਹੀਂ ਜੋ ਕੁਛ ਮੈਂ ਉੱਥੇ ਵੇਖਿਆ। ਹਾਂਜੀ, ਮਿਲਦੇ ਮੌਤ ਨੂੰ ਅਸੀਂ ਜੋ ਗਲੀ ਹਾਰ ਪਾ ਕੇ, ਜੀਵਨ ਵਿੱਚ ਨੀ ਉਹਨਾਂ ਦੀ ਹਾਰ ਹੁੰਦੀ, ਹੁੰਦੇ ਕਦੀ ਮਤਾਜ ਨੀ ਦੀਵਿਆਂ ਦੇ, ਹਰ ਇੱਕ ਮੱਸਿਆ ਉਹਨਾਂ ਦੀ ਚਾਨਣੀ ਏ। ਜਿਹੜੀ ਕੌਮ ਦੇ ਅਣਖ ਪਤੰਗਿਆਂ ਨੂੰ ਸੇਜ ਸ਼ਾਮ ਦੀ ਸਾਂਤ ਤੇ ਮਾਨਣੀ ਏ, ਪੂਜਣ ਯੋਗ ਸ਼ਹੀਦਾਂ ਦੀ ਯਾਦ ਸਾਨੂੰ ਗਦਾਰਾਂ ਤਾਂ ਹੀ ਵੱਧ ਦੁਆਵਾਂ ਦੀ ਮਾਰ ਏ। ਸਾਨੂੰ ਇਸ ਵੇਲੇ ਇੱਕ ਹੋਣ ਦੀ ਲੋੜ ਆ, ਜੇ ਇੱਕ ਹੋਈਏ ਤਾਂ ਅਸੀਂ ਸਰਦਾਰ ਦਵਿੰਦਰ ਸਿੰਘ, ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਆਜ਼ਾਦੀ ਆਪਾਂ ਕਰਾ ਸਕਦੇ ਆ, ਜੇ ਅਸੀਂ ਇੱਕ ਮੁੱਠ ਹੋਈਏ। ਸਾਨੂੰ ਇੱਕ ਮੁੱਠ ਹੋਣ ਦੀ ਲੋੜ ਆ, ਅਸੀਂ ਘਰ ਘਰ ਇਹ ਅਰਦਾਸ ਕਰੀਏ ਕਿ ਇੱਕ ਦਿਨ ਇਹੋ ਜਿਹਾ ਆਵੇ
ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਸਾਡੇ ਵਿਚ ਹਾਜ਼ਰ ਹੋਣ। ਮੇਰੇ ਪੰਥ ਵੱਲ ਕਰੇ ਜੇ ਅੱਖ ਕੋਈ, ਮੇਰੇ ਪੰਥ ਵੱਲ ਕਰੇ ਜੇ ਅੱਖ ਕੋਈ, ਅੱਖਾਂ ਕੱਢ ਦਿਓ ਬਾਹਾਂ ਝਾੜ ਦਿਓ, ਜਿਹੜਾ ਦਿੱਲੀ ਤੋਂ ਚੜਿਆ ਏ ਹਾੜੇ ਆਉਂਦਾ, ਸਿੱਖਾਂ ਬਗੈਰ ਉਹ ਕਦੀ ਰੁਕਣਾ ਨਹੀਂ। ਸੋ ਮੇਰੀ ਆਖਰੀ ਤੇ ਹੀ ਅਰਦਾਸ ਆ, ਸਾਰੇ ਸਿੱਖ, ਸਾਰੇ ਮੇਰੇ ਭਰਾ, ਸਾਰੀਆਂ ਲੜਾਈਆਂ ਛੱਡ ਕੇ, ਐਰਾ ਵਗੈਰਾ ਜੋ ਵੀ ਤੁਸੀਂ ਇੱਕ ਦੂਜੇ ਨਾਲ ਤੁਮਤਾ ਲਾਉਂਦੇ ਕਰਦੇ, ਸਾਰੇ ਛੱਡ ਕੇ ਇੱਕ ਦਰਖਤ ਥੱਲੇ ਇਕੱਠੇ ਹੋ ਜਾਓ, ਕਦੀ ਵੀ ਤੁਹਾਨੂੰ ਜ਼ਿੰਦਗੀ ਵਿਚ ਹਾਰ ਨਹੀਂ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਲਵਿੰਦਰ ਜੀ, ਆਪਣਾ ਵੀ ਇਹੀ ਕਹਿਣਾ ਹੈ ਆਪਣੇ ਸਿੱਖ ਭਾਈਚਾਰੇ ਨੂੰ ਵੀ, ਤੇ ਬਾਕੀ ਵੀ ਸਾਰੇ ਭਾਈਚਾਰੇ ਨੂੰ ਵੀ, ਤੁਸੀਂ ਬਾਕੀ ਸਾਰੀਆਂ ਲੜਾਈਆਂ ਛੱਡ ਕੇ ਤੇ ਇਸ ਵੇਲੇ ਜਿਹੜੀ ਮੇਨ ਲੜਾਈ ਆ ਉਹਦੇ ਲਈ ਇੱਕ ਮੁੱਠ ਹੋ ਕੇ ਕੋਸ਼ਿਸ਼ ਕਰੋ, ਤੇ ਆਪਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਫਾਂਸੀ ਰੁਕਵਾ ਸਕਦੇ ਹਾਂ। ਜੀ ਰਾਣੀ ਜੀ, ਦੇਖੋ ਸਾਡੇ ਕਹੇ ਤਾਂ ਨੀ ਹਟਣਾ ਨੀ, ਲੜਨੋ ਲੜੀ ਜਾਓ, ਜੋ ਮਰਜ਼ੀ ਕਰੋ, ਪਰ ਜਿਹੜੇ ਮੇਨ ਮੁੱਦੇ ਆ ਸਿੱਖਾਂ ਲਈ, ਹਾਂਜੀ, ਉਹਨਾਂ ਤੇ ਜਰੂਰ ਇਕੱਠੇ ਹੋਣਾ ਚਾਹੀਦਾ ਹੈ। ਸਾਨੂੰ ਇਕੱਠੇ ਹੋ ਕੇ ਹੀ ਇਹ ਹੋ ਸਕਦਾ ਹੈ। ਤੇ ਜੀ ਜਾਂਦੇ ਜਾਂਦੇ ਮੈਂ ਇੱਕ ਦੋ ਚਾਰ ਲਾਈਨਾਂ ਹੈਗੀਆਂ ਆ। ਜੀ ਰਵਿੰਦਰ ਜੀ, ਮੈਂ ਕਹਿਣਾ ਮੰਗਦੀ ਸੀਗੀ ਪਰ ਤੁਸੀਂ, ਚਲੋ ਕੋਈ ਗੱਲ ਨੀ, ਤੁਸੀਂ ਜੋਨ 84 ਤੇ, ਜੀ ਜੀ, ਲੱਗੀਆਂ ਹਰਮੰਦਰ ਤੇ ਗੋਲੀਆਂ ਨੂੰ, ਮਾਲਾ ਵਾਂਗ ਪਰੋਈ ਫਿਰਦੇ ਹਾਂ, ਦਿੱਤੇ ਹੋਏ ਹਿੰਦਿਆਂ ਜ਼ਖਮਾਂ ਨੂੰ ਸੀਨੇ ਵਿਚ ਸਮੋਈ ਫਿਰਦੇ ਹਾਂ। ਭੁੱਲਦਾ ਨੇ ਜੂਨ 84 ਹਰਿਮੰਦਰ ਤੇ ਕਹਿਰ ਫੌਜ ਨੇ ਢਾ ਦਿੱਤਾ, ਪਰਕਰਮਾ ਵਿਚ ਖੜਾ ਕੇ ਸੰਗਤ ਨੂੰ ਗੋਲੀਆਂ ਨਾਲ ਉਡਾ ਦਿੱਤਾ। ਅਦਸੜੀਆਂ ਲਾਸ਼ਾਂ ਨੂੰ ਭਾਣੇ ਦੀ ਚਾਦਰ ਨਾਲ ਲਕੋਈ ਫਿਰਦੇ ਹਾਂ, ਦਿੱਤੇ ਹੋਏ ਹਿੰਦਿਆਂ ਜ਼ਖਮਾਂ ਨੂੰ ਸੀਨੇ ਵਿਚ ਸਮੋਈ ਫਿਰਦੇ ਹਾਂ। ਅਦਮੋਏ ਬੱਚੇ ਨੂੰ ਬੀਬੀ ਨੇ ਪਤੀ ਦੀ ਲਾਸ਼ ਦੇ ਉਪਰ ਪਾ ਦਿੱਤਾ, ਭਾਣੇ ਵਿਚ ਬੈਠੀ ਬੀਬੀ ਤੇ ਜਾਲਮਾ ਗੋਲੀਆਂ ਦਾ ਮੀਂਹ ਬਰਾ ਦਿੱਤਾ। ਇਹੋ ਜੇ ਖੂਨੀ ਕਾਰਿਆਂ ਨੂੰ ਲੜੀ ਵਿਚ ਭਰੋਈ ਫਿਰਦੇ ਹਾਂ, ਦਿੱਤੇ ਹੋਏ ਹਿੰਦਿਆਂ ਜ਼ਖਮਾਂ ਨੂੰ ਸੀਨੇ ਵਿਚ ਸਮੋਈ ਫਿਰਦੇ ਹਾਂ। ਬਾਣੀ ਦੇ ਪ੍ਰਵਾਹ ਨਾਲ ਜਿੱਥੇ ਜਾਂਦੇ ਤਪਦੇ ਹਿਰਦੇ ਠਾਰੇ ਨੇ, ਸੁਗੰਧੀਆਂ ਦੀ ਥਾਂ ਉੱਥੇ ਉੱਡਦੇ ਬੇਖ ਬਰੂਦੀ ਅੰਗਿਆਰੇ ਨੇ, ਅੱਗ ਵਾਂਗੂ ਲੂੰਦੇ ਫੌਜੀ ਤਾਨਿਆਂ ਦੀ ਪੰਡ ਢੋਈ ਫਿਰਦੇ ਹਾਂ, ਦਿੱਤੇ ਹੋਏ ਹਿੰਦਿਆਂ ਜ਼ਖਮਾਂ ਨੂੰ ਸੀਨੇ ਵਿਚ ਸਮੋਈ ਫਿਰਦੇ ਹਾਂ। ਕੀਰਤਨ ਕਰਦੇ ਸਿੰਘਾਂ ਨੂੰ ਫੌਜੀਆਂ ਗੋਲੀਆਂ ਦੇ ਨਾਲ ਮਾਰਿਆ ਏ, ਸਾੜ ਦਿੱਤਾ ਗੁਰੂ ਗ੍ਰੰਥਾਂ ਨੂੰ, ਤੋਛਾ ਖਾਨਾ ਲੁੱਟਿਆ ਹਥਿਆਰਿਆਂ ਨੇ, ਖੰਡਰ ਕੀਤੇ ਅਕਾਲ ਤਖ਼ਤ ਦੀ ਤਸਵੀਰ ਲਕੋਈ ਫਿਰਦੇ ਹਾਂ, ਦਿੱਤੇ ਹੋਏ ਹਿੰਦਿਆਂ ਜ਼ਖਮਾਂ ਨੂੰ ਸੀਨੇ ਵਿਚ ਸਮੋਈ ਫਿਰਦੇ ਹਾਂ। ਸੰਗਤ ਤਰਸੇ ਪਾਣੀ ਨੂੰ, ਜਿਓ ਸਰਦਾ ਨਾਲ ਛਬੀਲਾਂ ਲਾਉਂਦੀ ਏ, ਪਾਣੀ ਮੰਗਿਆ ਫੌਜ ਦੀ ਗੋਲੀ ਮੂੰਹ ਵੱਲ ਸਿੱਧੀ ਆਉਂਦੀ ਏ, ਖੂਨ ਤੇ ਮਿੰਜ ਵਾਲੇ ਪੀਤੇ ਪਾਣੀ ਦੀ ਤਸੀਲ ਲਕੋਈ ਫਿਰਦੇ ਹਾਂ, ਦਿੱਤੇ ਹੋਏ ਹਿੰਦਿਆਂ ਜ਼ਖਮਾਂ ਨੂੰ ਸੀਨੇ ਵਿਚ ਸਮੋਈ ਫਿਰਦੇ ਹਾਂ। ਹਿੰਦੂ ਖੇਤੀ ਜਿਹਨੇ ਬਚਾਈ, ਇਹਨਾਂ ਉਸ ਵਾੜ ਨੂੰ ਸਾੜ ਦਿੱਤਾ, ਵਿਸ਼ਵਾਸਘਾਤਾਂ ਨੇ ਰਾਖਿਆਂ ਨੂੰ ਈ ਪਿੰਜਰੇ ਦੇ ਵਿਚ ਤਾੜ ਦਿੱਤਾ, ਸੀਨੇ ਵਿਚ ਮਾਰੇ ਇਕਿਤ ਕਣਾਂ ਦੇ ਤੀਰ ਲਕੋਈ ਫਿਰਦੇ ਹਾਂ। ਕੌਮ ਤੇਰੀ ਅੱਜ ਫੇਰ ਉਡੀਕੇ, ਦਾਤਾ ਭੇਜ ਕੋਈ ਸੰਤ ਸਿਪਾਹੀ ਨੂੰ, ਖਾਲਸਾ ਫੌਜ ਵਿਚ ਭਰਤੀ ਕਰ ਲੈ ਜੁਗੇ ਵਰਗੇ ਭਟਕੇ ਰਾਹੀ ਨੂੰ, ਐਵੇ ਅੱਖਾਂ ਮੀਟ ਨਾ ਜਾਵਾਂ, ਆਜ਼ਾਦੀ ਦੇ ਅਰਮਾਨ ਲਕੋਈ ਫਿਰਦੇ ਹਾਂ, ਦਿੱਤੇ ਹੋਏ ਹਿੰਦਿਆਂ ਜ਼ਖਮਾਂ ਨੂੰ ਸੀਨੇ ਵਿਚ ਲਕੋਈ ਫਿਰਦੇ ਹਾਂ। ਜੀ ਬਲਵਿੰਦਰ ਜੀ, ਰਾਣੀ ਜੀ, ਅਸੀਂ ਅੱਜ ਦੇ ਦਿਨ ਜੋ ਬਹੁਤ ਹੀ ਜ਼ਿਆਦਾ ਸੋਹਣੀ ਕਵਿਤਾ ਸੀ, ਬਹੁਤ ਜ਼ਿਆਦਾ ਸੋਹਣੀ, ਤੇ ਅਸੀਂ ਵੀ ਜੀ ਆਪਣਾ ਟਾਈਮ ਹੋ ਗਿਆ ਜੀ ਜੀ ਜੀ, ਤੇ ਆਪਾਂ ਆਪਣੇ ਸਰੋਤਿਆਂ ਤੋਂ ਹੁਣ ਲਈਏ ਇਜਾਜ਼ਤ, ਤੇ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ ਉਹਨਾਂ ਦਾ ਮਨਪਸੰਦ ਪ੍ਰੋਗਰਾਮ ਹੈ ਕਿਸੁਰ ਪੰਜਾਬ ਦੀ 1 ਵਜੇ, ਤੇ ਜਿਨ੍ਹਾਂ ਜਿਨ੍ਹਾਂ ਸਰੋਤਿਆਂ ਨੇ ਸਾਨੂੰ ਕਾਲਾਂ ਕਰਕੇ ਇੰਨੀ ਜਾਣਕਾਰੀ ਦਿੱਤੀ ਉਹਨਾਂ ਦਾ ਫਿਰ ਇੱਕ ਵਾਰੀ ਬਹੁਤ ਧੰਨਵਾਦ, ਤੇ ਸਾਰਿਆਂ ਜੀ ਰਾਣੀ ਜੀ ਜਾਂਦੇ 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 ਇੱਕ ਵਾਰੀ ਫਿਰ ਸੂਚਨਾ ਦਿੰਦੇ ਜਾਈਏ ਕਿ ਅੱਜ ਸ਼ਾਮ ਨੂੰ ਗੁਰਦੁਆਰਾ ਸਾਹਿਬ ਪ੍ਰੀ ਮੌੜ ਵਿਚ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਊਗੀ, ਤੇ ਸਾਰੇ ਸ਼ਹੀਦ ਸਾਹਿਬ ਦੇ ਸਾਂਝਿਆਂ ਤੇ ਹੁਮ ਹੁਮਾ ਕੇ ਜਰੂਰ ਸਾਰੇ ਪਹੁੰਚਣ ਜੀ, 6 ਤੋਂ 8 ਹਾਂਜੀ, ਤੇ ਸਾਰੇ ਇਹੀ ਕੋਸ਼ਿਸ਼ ਕਰੀਏ ਬਾਰ ਬਾਰ, ਸਾਰੇ ਆਪਣੇ ਸਰੋਤਿਆਂ ਨੂੰ, ਆਪਣੇ ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ ਇਹੀ ਕਰੀਏ ਕਿ ਸਾਰੇ ਰਲ ਮਿਲ ਕੇ ਅਰਦਾਸ ਕਰੋ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਿੰਘ ਦੀ ਫਾਂਸੀ ਮਾਫ਼ ਹੋ ਜਾਵੇ, ਤਾਂ ਆਪਣੇ ਅੱਜ ਸਾਰੇ ਸ਼ਹੀਦਾਂ ਨੂੰ ਫਿਰ ਇੱਕ ਵਾਰੀ ਬਹੁਤ ਬਹੁਤ ਸ਼ਰਧਾਂਜਲੀ, ਤੇ ਬਲਵਿੰਦਰ ਜੀ ਸਾਰਿਆਂ ਨੂੰ ਫਿਰ ਇੱਕ ਵਾਰੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਰੱਬ ਰਾਖਾ ਜੀ, ਸਤਿ ਸ੍ਰੀ ਅਕਾਲ।
ਸੀ।